ਅੱਜ ਤਾਂ ਚਤੁੱਖੜਿਆ ਜਿਹਾ ਪਿਆ। ਮੈਂ ਹੀ ਕਰਦੀ ਹਾਂ, ਖੇਤ ਜਾ ਕੇ ਆਉਂਦੀ ਹਾਂ। ਆ ਚੰਦਰਾ ਜਿਉਂਦੇ ਜੀ ਬੜੀਆਂ ਗੱਲਾਂ ਸੁਣਾਉਂਦਾ ਹੁੰਦਾ ਸੀਗਾ ਵੀ ਖੇਤ ਜਾ ਕੇ ਮੇਰਾ ਬੜਾ ਜੀ ਲੱਗਦਾ ਸੀ। ਚੱਲ ਮੈਂ ਵੀ ਮਾਰ ਕੇ ਆਵਾਂ ਗੇੜਾ। ਹਾਂਜੀ ਹਾਂਜੀ, ਤੁਹਾਨੂੰ ਵੀ ਵਧਾਈਆਂ ਜੀ, ਬਹੁਤ ਬਹੁਤ ਤੁਹਾਨੂੰ ਵੀ ਵਧਾਈਆਂ। ਹਾਂਜੀ ਹਾਂਜੀ, ਪਾਰਟੀ ਫੁੱਲ ਜੀ, ਨਾ ਪਹੁੰਚਾਂਗੇ ਅਸੀਂ ਜੀ। ਲਓ ਜੀ ਲਓ, ਮਠਿਆਈਆਂ ਦੇ ਡੱਬੇ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਗੱਲ ਕੀ ਹੋਈ ਹੋਣੀ, ਜਾ ਕੇ ਡੈਡੀ ਨਾਲ ਕਰਨੀ ਪਊ ਗੱਲ ਸਾਰੀ। ਡੈਡੀ ਡੈਡੀ, ਮੇਰੀ ਧੀ ਬਾਹਰਲੇ ਦੇਸ ਗਈ ਹੈ ਕੈਨੇਡਾ ਜੀ, ਕੋਈ ਹਾਸੀ ਖੇਡਾ ਥੋੜ੍ਹੀ ਹੈ ਜੀ। ਡੈਡੀ ਹਾਂਜੀ ਹਾਂਜੀ, ਨਾ ਤੁਸੀਂ ਮਾਰ ਲਓ ਗੇੜਾ, ਤੁਸੀਂ ਆ ਜਾਓ ਜੀ ਪਹਿਲਾਂ। ਲਓ ਜੀ ਲਓ, ਤੁਹਾਨੂੰ ਵੀ ਪਰਮਾਤਮਾ ਤਰੱਕੀਆਂ ਬਖਸ਼ੇ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ। ਹਾਂਜੀ ਹਾਂਜੀ, ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂ ਕੀ ਗੱਲ ਹੋ ਗਈ? ਗੱਲ ਕੀ ਹੋਣੀ ਡੈਡੀ, ਮੈਂ ਕਿੰਨਾ ਨੂੰ ਫੋਨ ਲੱਗ ਰਿਹਾ, ਕਦੋਂ ਦਾ ਲਾਉਣਾ? ਫੋਨ ਹੀ ਲੱਗ ਰਿਹਾ ਉਹਦਾ, ਮੈਨੂੰ ਤਾਂ ਲੱਗਦਾ ਉਹਨੇ ਆਪਣੇ ਬਲੌਗ 'ਚ ਪਾਤਾ। ਲੈ ਗੱਲਾਂ ਦੇਖ, ਇੱਕ ਗੱਲ ਗੱਲ ਨਾ ਹੋਵੇ ਬਲੌਗ 'ਚ ਪਾਤਾ। ਓਏ ਮੇਰੀ ਗੱਲ ਸੁਣ, ਰਾਤ ਮੇਰੇ ਨਾਲ ਗੱਲਾਂ ਕਰਕੇ ਹਟੀਏ, ਤੇਰੀ ਮਾਂ ਨਾਲ ਗੱਲਾਂ ਕਰਕੇ ਹਟੀਏ, ਤੇਰੇ ਨਾਲ ਗੱਲਾਂ ਕਰਦੀ ਹੈ, ਬਲੌਗ 'ਚ ਪਾਤਾ ਉਹਨੇ ਤੈਨੂੰ ਐਡੀ ਛੇਤੀ। ਹੁਣ ਮੈਂ ਕਦੋਂ ਦਾ ਮੱਥਾ ਮਾਰ ਰਿਹਾ ਯਾਰ ਫੋਨ 'ਤੇ, ਪਹਿਲਾਂ ਤਾਂ ਮੇਰੇ ਨਾਲ ਵੀ ਗੱਲ ਕਰਦੀ ਸੀ, ਆਹ ਪਤਾ ਨਹੀਂ ਕਿਉਂ ਨਹੀਂ ਲੱਗ ਰਿਹਾ ਅੱਜ। ਉਹ ਰੇਂਜ ਰੂੰਜ ਨਹੀਂ ਹੋਣੀ ਭਾਈ ਉੱਥੇ ਜਿੱਥੇ ਹੋਣੀ? ਆਹੋ ਤੁਸੀਂ ਮੰਨਦੇ ਨਹੀਂ ਹੁੰਦੇ ਯਾਰ, ਮਿੰਟ 'ਚ ਚੱਕ ਲੂਗੀ ਫੋਨ। ਸਾਨੂੰ ਵੀ ਤਾਂ ਹਾਰਟ ਫੇਲ ਕਰਾਏਗਾ ਸਾਡਾ ਵੀ। ਰੇਂਜ ਰੂੰਜ ਨੂੰ ਤਾਂ ਚੱਕਰ ਪੈ ਗਿਆ, ਹੋਰ ਨਹੀਂ ਕੋਈ ਏਡੀ ਗੱਲ ਹੁੰਦੀ। ਬਲੌਕ ਟੂ ਟੂ ਕਰਕੇ ਕੱਟ ਜਾਂਦਾ। ਮੰਨਦੇ ਨਹੀਂ ਹੁੰਦੇ, ਕਿ ਜਿੰਨਾ ਮਰਜ਼ੀ ਕਹਿ ਲਓ ਤੁਹਾਨੂੰ। ਉਹ ਫੇਰ ਕਿਉਂ ਗਾ ਜੇ ਇੱਕ ਵਾਰ ਨਹੀਂ ਫੋਨ ਲੱਗਿਆ, ਤੂੰ ਕਿਉਂ ਸੋਚ ਕਰਦਾ ਹੈ? ਐ ਚੋ ਤਾਂ ਲੱਗੂਗਾ ਜੀ ਜੇ ਬਾਕੀਆਂ ਚੋਂ ਲੱਗਿਆ। ਡੈਡੀ ਜੇ ਰੇਂਜ ਤੋਂ ਬਾਹਰ ਹੋਵੇ ਨਾ ਤਾਂ ਪਤਾ ਲੱਗ ਜਾਂਦਾ ਵੀ ਰੇਂਜ ਤੋਂ ਬਾਹਰ ਹੈ, ਜਿਵੇਂ ਬਲੌਕ ਕਰਿਆ ਹੁੰਦਾ ਨਾ ਉਹਦਾ ਅੱਡ ਪਤਾ ਲੱਗ ਜਾਂਦਾ। ਮਠਿਆਈਆਂ ਦੇ ਡੱਬੇ ਨੀ, ਜ਼ਹਿਰ ਦੀਆਂ ਸੀਸੀਆਂ ਲਿਆ, ਨਾਲੇ ਤਾਂ ਆਪਾਂ ਪੀ ਲਾਂਗੇ, ਨਾਲੇ ਰਿਸ਼ਤੇਦਾਰਾਂ ਨੂੰ ਦੇ ਦਾਂਗੇ ਜਿਹੜੇ ਵਧਾਈਆਂ ਦਿੰਦੇ ਨੇ। ਓਹੋ ਯਾਰ, ਹੁਣ ਤੂੰ ਤਾਂ ਉਈ ਮਾੜੀ ਜੀ ਗੱਲ ਦਾ ਪਤੰਗੜ ਬਣਾ ਲੈਣਾ। ਮੈਂ ਉਹਦਾ ਨੰਬਰ ਵੀ ਬਲੌਕ ਕਰ ਰੱਖਿਆ ਉਹਨੇ, ਭੁੱਲ ਗਈ ਉਹ ਤਾਂ ਆਪਾਂ ਨੂੰ, ਹੁਣ ਬਦਲ ਗਈ ਮੈਨੂੰ ਲੱਗਦਾ ਜਾ ਕੇ ਉਹ। ਬਦਲ ਗਈ? ਹਾਂ, ਤਿੰਨੇ ਨੰਬਰ ਬਲੌਕ 'ਚ ਨੇ ਆਪਣੇ। ਉਹ ਐਂ ਕਿਵੇਂ ਬਦਲ ਗਈ? ਲੈ ਰਾਤ ਚੰਗੀ ਭਰੇ ਗੱਲਾਂ ਕਰੀ ਨੇ, ਹੱਥ ਖੇਡਦੇ ਰੋਹਾਂ ਦੀ ਖੇਡਦੀ ਗਈ ਐਂ ਕਿ ਆਪਾਂ ਨੇ ਕੋਈ ਮਾੜਾ ਕਰਿਆ ਤਾਂ ਬਦਲ ਗਈ, ਐਂ ਕਿਵੇਂ ਬਦਲ ਗਈ? ਉਦੋਂ ਦੀ ਤਾਂ ਬਦਲੀ ਨਹੀਂ, ਉਹ ਬਦਲਾਂ ਹੁੰਦਾ ਉਹ ਜੱਦੀ ਬਦਲ ਜਾਂਦੀ। ਉਹੀ ਗੱਲ ਤੈਨੂੰ ਨਾਲ ਲੈ ਕੇ ਜਾਣ ਬਾਰੇ ਕਹਿ ਕੇ ਗਈ ਹੈ ਵੀ ਮੈਨੂੰ ਅੱਡ ਕਿਹਾ ਉਹਨੇ ਵੀ ਡੈਡੀ ਕਾਗਜ਼ ਪੱਤਰ ਜਿਹੜੇ ਘੱਟ ਨੇ ਉਹ ਪੂਰੇ ਕਰਕੇ ਰੱਖਿਓ, ਮੈਂ ਨਹੀਂ ਪਤਾ ਕਦੋਂ ਵੀਜ਼ਾ ਲਵਾ ਦਾਂ ਉੱਧਰੋਂ। ਡੈਡੀ ਮੈਨੂੰ ਲੱਗਦਾ ਨਾ ਉਹ ਤਾਂ ਮਿੱਠੀ ਬਣ ਕੇ ਗੇਮ ਪਾ ਗਈ ਆਪਣੇ 'ਤੇ, ਜਾਣ ਗਈ ਆਪਾਂ ਨੂੰ ਸਾਰੇ ਟੱਬਰ ਨੂੰ, ਭੁੱਲ ਜਾਓ ਜਿਹੜੇ ਸੁਪਨੇ ਦੇਖੇ ਤੇ, ਰੋਲ ਗਈ ਇੱਥੇ। ਮੇਰੀ ਗੱਲ ਸੁਣੋ, ਮੈਨੂੰ ਲੱਗਦਾ ਮੁੰਡੇ ਦੀ ਗੱਲ ਸਹੀ ਆ ਨਾ, ਜੇ ਇੱਕ 'ਚੋਂ ਨਹੀਂ ਫੋਨ ਲੱਗਦਾ ਆਪਣੇ ਫੋਨ ਤਾਂ ਲੱਗਦੇ, ਆਪਣੇ ਵੀ ਨਹੀਂ ਲੱਗਦੇ ਵੀ ਫੋਨ। ਨਾ ਨਾ ਆਪਾਂ ਕਿਹੜਾ ਕੁਛ ਕਿਹਾ, ਹੁਣ ਕਹਿਣ ਨਾਲ ਕੁਛ ਨਹੀਂ ਹੁੰਦਾ, ਤੁਹਾਡੇ ਫੈਸਲੇ ਲਏ ਹੋਏ ਨੇ। ਤੁਸੀਂ ਮੈਨੂੰ ਕਹਿੰਦੇ ਤੇ ਨਾ ਮੈਂ ਤਾਂ ਫਿਰ ਵੀ ਤੁਹਾਡੇ 'ਤੇ ਗੱਲ ਛੱਡਦੀ ਤੀ, ਮੈਂ ਡੈਡੀ ਜਿਵੇਂ ਤੁਹਾਨੂੰ ਲੱਗਦਾ ਕਰ ਲਓ, ਮੈਂ ਤਾਂ ਜਵਾਬ ਦੇਣ ਲੱਗਿਆ ਤੀ, ਮੈਨੂੰ ਪਤਾ ਤੀ ਫਿਰ ਤੁਸੀਂ ਮੈਨੂੰ ਗਲਤ ਕਹੋਗੇ, ਹੁਣ ਤਾਂ ਲੱਗ ਗਿਆ ਤੁਹਾਨੂੰ ਪਤਾ, ਆ ਗਿਆ ਸਬਰਾ। ਮੈਂ ਤਾਂ ਆਪ ਤੇਰੇ ਪਿਓ ਤੇ ਗੱਲ ਸਿੱਟੀ ਸੀ, ਐਨੀ ਤੋਰੀ ਆ ਆਪਾਂ ਨੂੰ ਕੀ? ਉਹ ਮੈਂ ਕੋਈ ਮਾੜਾ ਤਾਂ ਨਹੀਂ ਕਰਿਆ ਭਰਾ। ਫਿਰ ਅਸੀਂ ਮਾੜਾ ਕਰਿਆ, ਉਹ ਮੁੰਡੇ ਨੇ ਮਾੜਾ ਕਰਿਆ। ਨਹੀਂ ਇਸ ਨੂੰ ਭੇਜਣ ਦੇ ਮਾਰਿਆ ਤਾਂ ਮੈਂ ਉਹਨੂੰ ਭੇਜਾ ਦੀ,
ਮਾਂ ਚੱਲ ਇਹ ਉਰੋਂ ਨਿਕਲ ਜੂ ਨਰਕ ਚੋਂ ਜਵਾਕ ਹੋ ਤੇ ਐਸ਼ ਨਾ ਰਹੂਗਾ। ਆ ਹੁਣ ਭੇਜ ਦੋ ਨਾਲ ਤੁਸੀਂ ਵੀ ਨਾਲ ਜਾ ਵੜਿਓ, ਫਿਰ ਮੇਰਾ ਵੀ ਲਵਾ ਦਿਓ ਨਾਲ ਵੀ ਜਾ। ਓ ਯਾਰ ਆਪਾਂ ਤਾਂ ਇੱਥੇ ਤੁਸੀਂ ਬੋਲਣ ਲੱਗ ਜਾਓ ਆਪਸ ਚ, ਹੁਣ ਇਹ ਤਾਂ ਦੇਖ ਲਓ ਵੀ ਕੀ ਕਰਿਆ ਜਾਵੇ। ਕੀ ਕਰਾਂਗੇ ਤੂੰ, ਐਂ ਕਰ ਬਾਹਰੋਂ ਕਿਸੇ ਆਪਣੇ ਦੋਸਤ ਮਿੱਤਰ ਵਾਲੇ ਤੋਂ ਫੋਨ ਲਾ ਕੇ ਦੇਖ, ਬਾਹਰੋਂ ਲਾ ਕੇ ਦੇਖ ਵੀ ਲੱਗਦਾ ਉਹ ਤੋਂ ਪਤਾ ਲੱਗ ਜੂ ਆਪਾਂ ਨੂੰ। ਆਪਣੇ ਤਾਂ ਨੰਬਰ ਬਲੌਕ 'ਚ ਕਰ ਰੱਖੇ ਨੇ, ਪਰ ਮੈਂ ਜਾ ਕੇ ਦੇਖਦਾ, ਰੱਬ ਕਰੇ ਚੱਕ ਲੈ, ਫਿਰ ਦੇਖਦਾ ਕੀ ਕਹਿੰਦੀ ਉਹ। ਉੱਟ ਕਈ ਨਾਲ ਗੱਲ ਕਰੀ ਜੇ ਉਹਨੇ ਫੋਨ ਫਾਨ ਚੱਕ ਲਿਆ, ਕਈ ਗੱਲ ਊਂ ਲੱਗਦਾ ਹੁੰਦਾ ਨਾਲੇ ਪਤਾ ਲੱਗ ਜੂ ਵੀ ਉਹਨੇ ਬਲੌਕ 'ਚ ਪਾਤੇ ਕੀ ਕਰਤੇ। ਬਲੌਕ 'ਚ ਤਾਂ ਪਾਤੇ, ਇੰਨਾ ਕੁ ਤਾਂ ਲੱਗ ਗਿਆ ਮੈਨੂੰ ਪਤਾ। ਚੱਲ ਕੋਈ ਨਹੀਂ ਪੁੱਤ, ਮਾੜੇ ਜਾ ਬੜਾ ਤੂੰ ਗੱਲ ਕਰਕੇ ਦੇਖ ਲਾ। ਚੱਲ ਦੇਖਦਾ ਮੈਂ ਜਾ ਕੇ। ਦੇਖਤਾ ਸੀ ਭਰਾ, ਛੇਤੀ ਮੁੜ ਆਈ, ਕਰਤਾ ਜਿਹੜਾ ਕੰਮ ਕਰਨਾ ਸੀ ਨਾ। ਹੁਣ ਹੁਣ ਚੁੱਪ ਕਰ, ਨਾ ਕੁਛ ਨਹੀਂ ਬਣਨਾ। ਉੱਪਰ ਹੁਣ ਕਿੱਧਰ ਮਰਾਵਾਂ ਮੈਨੂੰ ਐਂ ਤਾਂ ਦੱਸ ਦੇ, ਹੁਣ ਆ ਲਾਊਗਾ ਫੋਨ, ਮੈਨੂੰ ਐਂ ਦੱਸ ਕੀ ਮਾੜਾ ਕਰਤਾ ਆਪਾਂ ਨੇ, ਐਂ ਤਾਂ ਦੱਸ ਦੇ ਨਾ। ਤੁਹਾਨੂੰ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਸੀ, ਮੇਰੇ ਕੋਲ ਤਾਂ ਉਹਨੇ ਕੋਈ ਗੱਲ ਕਰੀ ਨਹੀਂ, ਤੁਸੀਂ ਉਹਦੀ ਰੈਸ ਲਾ ਵੀ ਤੁਸੀਂ ਲੈ ਕੇ ਆਏ ਹੈ, ਉਹਦੀ ਸਿਫਾਰਸ਼ ਵੀ ਤੁਸੀਂ ਆ ਕੇ ਪਾਈ। ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਹੈਗੀ, ਬਾਹਰਲੇ ਦੇਸ਼ਾਂ ਦੇ ਵਿੱਚ ਇਹੋ ਜਿਹਾ ਕੀ ਹੈ ਜਿਹੜੀਆਂ ਕੁੜੀਆਂ ਉੱਧਰ ਜਾ ਕੇ ਬਦਲ ਜਾਂਦੀਆਂ ਨੇ। ਬਈ ਬਦਲ ਜਾਂਦੀਆਂ ਨੇ, ਸਾਰੀਆਂ ਬਦਲ ਜਾਂਦੀਆਂ ਨੇ, ਪੈਸਾ ਹੁੰਦਾ ਪੈਸਾ। ਨਹੀਂ ਬਦਲਦੀਆਂ ਸਾਰੀਆਂ, ਪਰ ਗੱਲ ਤਾਂ ਇਹ ਕਰਦੇ ਆ ਵੀ ਇਹ ਦੇਸ਼ ਦਾ ਕਿਹੋ ਜਿਹਾ ਪਾਣੀ ਹੈ ਜਿਹੜੀਆਂ ਆਪਦਿਆਂ ਨੂੰ ਭੁਲਾ ਦਿੰਦੇ ਨੇ ਆਪਦਿਆਂ ਨੂੰ। ਮੈਂ ਤਾਂ ਐਂ ਸੋਚਦੀ ਹਾਂ, ਮੈਨੂੰ ਤਾਂ ਹਲੇ ਥੋੜ੍ਹਾ ਟਾਈਮ ਪਹਿਲਾਂ ਹੀ ਬੁੜੀਆਂ ਕਹਿ ਕੇ ਹਟੀਆਂ ਸੀ ਵੀ ਭਾਈ ਤੁਸੀਂ ਬਹੁਤ ਤੋਰ ਤਾਂ ਦਿੱਤੀ, ਬਾਹਰ ਜਾ ਕੇ ਆਹ ਕੁਛ ਹੁੰਦਾ। ਮੈਂ ਤਾਂ ਐਂ ਚੌੜੀ ਹੋ ਕੇ ਫਿਰਦੀ ਸੀ ਉਹਨਾਂ ਮੂਹਰੇ ਵੀ ਨਾ ਬਈ ਮੇਰੀ ਬਹੂ ਤਾਂ ਬਹੁਤ ਸਿਆਣੀ ਆ, ਇਹੋ ਜਿਹਾ ਕੁਛ ਨਹੀਂ ਹੁੰਦਾ। ਹਾਏ ਹੁਣ ਮੈਂ ਕਿਵੇਂ ਇਹਨਾਂ ਨੂੰ ਮੂੰਹ ਦਿਖਾਊਂਗੀ। ਮੈਂ ਤਾਂ ਐਂ ਸੋਚ ਰਿਹਾ ਜੇ ਗੱਲ ਇਹ ਸੱਚੀ ਹੋ ਗਈ ਨਾ, ਆਪਾਂ ਤਾਂ ਕਰਜਾਊ ਹੋ ਗਏ, ਆਪਣੇ ਪੱਲੇ ਥੱਲੇ ਕੁਛ ਨਹੀਂ ਹੈਗਾ। ਕਰਜਾਊ ਤਾਂ ਜਿਹੜੇ ਹੋਏ ਹੋਏ, ਆਪਾਂ ਤਾਂ ਲੋਕਾਂ ਤੋਂ ਹੀ ਫੜ ਫੜ ਪੈਸੇ ਲਾਤੇ। ਰੱਬਾ ਇਹ ਗੱਲ ਸੱਚੀ ਨਾ ਹੋਵੇ, ਕੋਈ ਇਹੀ ਜਿਹੀ ਗੱਲ ਨਾ ਹੋਈ ਹੋਵੇ। ਰੱਬਾ ਮੈਂ ਉਹਨੂੰ ਧੀ ਬਣਾ ਕੇ ਭੇਜਿਆ, ਉਹ ਵੀ ਮੇਰੀ ਧੀ ਬਣ ਕੇ ਰਹੇ, ਸਭ ਕੁਛ ਲਾਤਾ ਰੱਬਾ ਮੈਂ ਸਭ ਕੁਛ। ਇਹੋ ਜਿਹਾ ਉਹ ਦੇਸ਼ 'ਚ ਕੀ ਕਰਤਾ ਰੱਬਾ ਤਾਂ, ਜਿਹੜੀਆਂ ਕੁੜੀਆਂ ਉੱਧਰ ਜਾ ਕੇ ਬਦਲ ਜਾਂਦੀਆਂ ਨੇ। ਸਾਡੇ ਕਿ ਨਹੀਂ ਤਾਂ ਸੋਚਦੀਆਂ ਨਹੀਂ ਵੀ ਜਿਹਨੇ ਉਹਦਾ ਕਾਲਜਾ ਵੱਢ ਕੇ ਇੱਕ 5 ਰੁਪਈਆਂ ਦੀ ਲਾ ਕੇ ਸਾਨੂੰ ਭੇਜਿਆ, ਘੱਟੋ ਘੱਟ ਉਹਦੀ ਇੱਕ ਲਾਜ ਨੂੰ ਤਾਂ ਬੁਲਾ ਸਕਦੇ ਹੋ। ਇਹ ਗੱਲ ਸੱਚੀ ਨਾ ਹੋਵੇ ਰੱਬਾ, ਸੱਚੀ ਨਾ ਹੋਵੇ। ਚੱਲ ਮੈਂ ਵੀ ਦੇਖਦਾ ਉਰਾਂ ਪਰ ਦੇਖਦਾ, ਚੰਗਾ ਜੇ ਆਊਗਾ ਪੁੱਛ ਲਈ ਮੁੰਡੇ ਨੂੰ ਕੀ ਕਹਿੰਦਾ। ਲੈ ਦੇਖ ਲਾ, ਸਾਰਾ ਦਿਨ ਸੁੱਤਾ ਰਹਿੰਦਾ ਗਾ, ਬੈਠਾ ਹੋ ਜਾ ਹੁਣ ਚਾਹ ਪੀ ਲਾ। ਬੈਠਾ ਹੋ ਜਾਣਾ ਕੀ, ਭਚਾਲ ਆ ਗਿਆ। ਭਚਾਲ ਆ ਗਿਆ ਨਾਲੇ ਹੋਰ ਆ, ਲੈ ਫੜ ਚਾਹ ਫੜ ਪਹਿਲਾਂ ਤਾਂ ਲਿਆ, ਆ ਲੱਤ ਭਰਾ ਕਰ ਇਕੱਠੇ। ਵੇ ਭਚਾਲ ਮੈਨੂੰ ਨਹੀਂ ਆਇਆ, ਭਚਾਲ ਤਾਂ ਹੁਣ ਉਧਰ ਆ ਰਿਹਾ ਗਾ। ਉਧਰ ਆਹੋ ਕੀ ਹੋ ਗਿਆ? ਆਏ ਵੇ ਰੱਬਾ, ਤੈਨੂੰ ਤਾਂ ਸਾਰਾ ਦਿਨ ਨੀਂਦਾਂ ਚੜੀਆਂ ਰਹਿੰਦੇ, ਤੈਨੂੰ ਕਿਹੜਾ ਪਤਾ ਲੱਗਦਾ ਗਾ, ਅੰਦਰ ਵੜ ਕੇ ਬੈਠ ਜਾਣਾ। ਵੇ ਮਾੜੀ ਮੋਟੀ ਉਹਨਾਂ ਦੀ ਵੀ ਸਾਰ ਲੈ ਲਿਆ ਕਰ। ਤੂੰ ਦੱਸਤਾ ਸਹੀ ਵੀ ਹੋ ਕੀ ਗਿਆ? ਹੋਣਾ ਕੀ ਹੈਗਾ, ਉਹ ਤਾਂ ਬਹੂ ਦੇ ਗਈ ਧੋਖਾ, ਗਈ ਜਿਹੜੀ ਡੈਰੀ ਮਾਰ ਗਈ ਤੀ। ਵੇ ਡੈਰੀ ਮਾਰ ਗਈ ਤੀ, ਫੋਨ ਹੀ ਚੱਕਦੀ ਮੁੰਡੇ ਦਾ, ਫੋਨ ਬਲੈਕ ਲਿਸਟ ਡੇਗ ਰੱਖੇ ਨੇ ਨੰਬਰ। ਅੱਛਾ ਜੀ, ਆਹੋ ਮੈਂ ਤੈਨੂੰ ਕਿਹਾ ਨੀ ਤੀ ਵੀ ਐਂ ਕਰੂਗੀ ਇਹ, ਤੂੰ ਗੱਲ ਮੰਨਦੀ ਨੀ ਤੀ ਮੇਰੀ। ਮੈਂ ਤਾਂ ਹੀ ਉਹਨੂੰ ਕਿਹਾ ਤੀ ਵੀ ਭਾਈ ਤੂੰ ਬਾਹਰ ਵਗ ਜਾ, ਤੂੰ ਬਾਹਰ ਵਗ ਜਾ, ਲੱਗੀ ਨਾ ਗੱਲ ਸਿਰੇ? ਉਹ ਤਾਂ ਲਾ ਗਈ ਖੁੰਜੇ ਇਹਨਾਂ ਨੂੰ। ਹਾਂ ਲਾ ਗਈ, ਹੁਣ ਨੀ ਇਹਨਾਂ ਦੇ ਹੱਥ ਆਉਂਦੀ ਹੈਗੀ। ਆਪ ਤਾਂ ਹੋ ਗਏ ਖੰਗਲ, ਹੁਣ ਦੇਖਾਂਗੇ ਤਮਾਸਾ। ਖੰਗਲ ਕੀ ਖੰਗਲ ਕਿਹਾ, ਇਹਨਾਂ ਨੂੰ ਤਾਂ ਖੁੰਜੇ ਲਾ ਗਈ, ਖੁੰਜੇ ਸਮਾਰ ਸਮਾਰ ਕੇ ਠੋਕ ਠੋਕ ਕੇ ਲਾ ਕੇ ਗਈ ਖੁੰਜਿਆਂ 'ਚ। ਫਿਰ ਜਾਣਾ ਹੁਣ ਡੰਡੇ ਵਜਾਉਂਦੇ। ਹਾਂ ਇਹਨਾਂ ਨੂੰ ਚੌੜੀ ਹੋ ਕੇ ਆਹ ਚੌੜੀ ਹੋ ਬੋਲਿਆ ਕਰਤੀ, ਹਾਂ ਮੇਰੇ ਨੂੰਹ ਬਾਹਰ ਜਾਊਗੀ, ਮੇਰੇ ਨੂੰਹ ਬਾਹਰ ਜਾਊਗੀ, ਹਾਂ ਪੁੱਤ ਕਿਰਨਾ, ਹਾਂ ਪੁੱਤ ਕਿਰਨਾ, ਹੁਣ ਲੱਗੂ ਪਤਾ ਜਦ ਕਿਰਨਾ ਨੇ। ਉਹ ਦੇਖਣ ਨੂੰ ਕੁੜੀ
ਉਹਦੇ ਉੱਤੋਂ ਹੋਰ ਲੱਗਦੀ ਸੀ, ਵਿੱਚੋਂ ਕੁਛ ਹੋਰ ਨਿਕਲੀ ਹੈਗੀ। ਬਾ ਮੈਂ ਉਹਦੀ ਨਬਜ਼ ਪਛਾਣ ਗਿਆ ਸੀ, ਤਾਂ ਹੀ ਤਾਂ ਮੈਨੂੰ ਕਿਹਾ ਸੀ ਵੀ ਪੁੱਤ ਬਾਹਰ ਵਗ ਜਾ ਤੂੰ, ਬਾਹਰ ਵਗ ਜਾ ਤੂੰ। ਬਸ ਉਹੀ ਗੱਲ ਬਣੀ, ਕਰ ਗਈ ਕੰਮ ਫਿਰ ਇਹ ਤਾਂ। ਹੁਣ ਹੁਣ ਦੇਖੀ ਇਹਨਾਂ ਦੇ ਖੱਦੂ ਖਾੜਾ ਪੈਂਦਾ, ਇੱਕ ਆ ਤੇਰੀ ਨੂੰਹ ਹੋਰ ਆ ਰਹੀ ਹੈ ਜਿਹੜੀ, ਇਹ ਮੈਨੂੰ ਬਹੁਤ ਬੁਰੀ ਲੱਗਦੀ, ਜ਼ਹਿਰ ਵਰਗੀ ਲੱਗਦੀ ਹੈ ਪੁੱਤੀ। ਜ਼ਹਿਰ ਵਰਗੀ ਤਾਂ ਲੱਗਣੀ ਉਹਦੀ, ਆਖੇ ਹਮਕੋ ਅੱਧ ਚਾਹੀਏ ਜੀ, ਹਿੱਸਾ ਚਾਹੀਏ ਹਮਕੋ। ਬੇ ਤੇ ਤੋਂ ਵੀ ਨਹੀਂ ਕੁਛ ਬਣਦਾ ਹੈਗਾ, ਤੈਂ ਕੁਛ ਕਰਿਆਗਾ ਪਹਿਲਾਂ ਮੈਨੂੰ ਆਏ ਦੱਸ, ਇੱਕ ਬੋਲਣ ਬੋਲਣ ਨੂੰ ਆ ਤੂੰ ਵੀ, ਤੇਰੀ ਵੀ ਕਰਤੂਤ ਦਾ ਪਤਾ ਲੱਗ ਗਿਆ ਮੈਨੂੰ। ਕਿਉਂ ਕੀ ਕਰਤੂਤ ਦਾ ਪਤਾ ਲੱਗ ਗਿਆ ਤੈਨੂੰ? ਪਹਿਲਾਂ ਹੀ ਕਹਿ ਦਿੰਦਾ ਤੀ ਮੈਂ ਐਂ ਕਰ ਦਿੰਦਾ ਤੀ, ਮੈਂ ਇਹਨਾਂ ਨੂੰ ਘਰੋਂ ਕੱਢਤਾ ਤੀ, ਮੈਂ ਫਲਾਣਾ ਕਰਤਾ ਤੀ। ਬੇ ਪਹਿਲਾਂ ਪਤਾ ਨਹੀਂ ਕਿਵੇਂ ਘਰੋਂ ਕੱਢਤਾ ਤੀ, ਹੁਣ ਤਾਂ ਤੇਰੇ ਤੋਂ ਕੋਈ ਨਹੀਂ ਡਰਦਾ ਹੈ, ਹੁਣ ਤਾਂ ਇਸ ਘਰ ਦਾ ਕੋਈ ਕੁੱਤਾ ਬਿੱਲਾ ਨਹੀਂ ਡਰਦਾ ਤੇਰੇ ਤੋਂ। ਤੂੰ ਮੂੰਹ ਸੰਭਾਲ ਕੇ ਬੋਲਿਆ ਕਰ ਮਾੜਾ ਜਾ। ਆਦੇ ਸੱਚ ਤਾਂ ਐਂ ਕੌੜਾ ਲੱਗਦਾ ਗਾ, ਲੱਗਿਆ ਨਾ ਮਿਰਚਾਂ ਵਾਂਗੂ ਸੱਚ ਹੁਣ ਤੇਰੇ। ਕੀ ਟੱਟੂ ਦਾ ਸੱਚ ਹੈ? ਹਾਂ ਸੱਚ ਹੈ ਨਾ, ਫਿਰ ਹੁਣ ਕਦੋਂ ਡਰਦੇ ਤੇਰੇ ਤੋਂ, ਕੋਈ ਡਰਦਾ ਗਾ ਤੇਰੇ ਤੋਂ? ਤੇਰਾ ਡਾਂਗਾ ਲੈ ਲੈ ਕੇ ਮੰਗਰ ਪੈਂਦੇ ਨੇ, ਹੁਣ ਬੋਲ ਤਾਂ, ਹੁਣ ਕੱਢ ਮੇਰੇ ਸਾਲਿਆਂ ਨੂੰ ਬਾਹਰ ਇਹਨਾਂ ਨੂੰ। ਉਦੋਂ ਜ਼ਮੀਨ ਮੇਰੇ ਨਾਂ ਤੇ, ਘਰ ਮੇਰੇ ਨਾਂ ਤੇ, ਹੁਣ ਤੇਰਾ ਨਾਂ ਨਹੀਂ ਹੈਗਾ ਕੁਛ। ਹੁਣ ਕੀ ਹੈ ਮੇਰੇ ਨਾਂ ਫਿਰ? ਹਾਂ ਹੁਣ ਤੇਰਾ ਨਾਂ ਕੀ ਹੈ? ਹੁਣ ਤੂੰ ਚੱਕ ਕੇ ਝੋਲਾ, ਇੱਕ ਦਿਨ ਤੈਨੂੰ ਬਾਹਰ ਕੱਢਣਗੇ, ਤੂੰ ਨਿਕਲ ਜਾਈਂ। ਆ ਤੇਰੀਆਂ ਗਲਤੀਆਂ ਨੇ ਸਾਰੀਆਂ, ਤੇਰੀਆਂ ਗਲਤੀਆਂ ਨੇ। ਫਿਰ ਮੈਂ ਬਗ ਜਾਂਦੇ ਝੋਲਾ ਚੱਕ ਕੇ, ਤੂੰ ਰਹਿ ਹੋਵੇ ਇਹਨਾਂ ਕੋਲੇ, ਇਹਨਾਂ ਨਾਲ ਰੋਟੀ ਖਾ ਲਿਆ ਕਰੀ। ਤੂੰ ਤਾਂ ਚੱਕੀਂਗੀ ਉਹ ਇੱਕ ਦਿਨ, ਰੋਜ਼ ਦਾ ਤੇਰਾ ਇਹੀ ਕੰਮ ਹੈ। ਮੈਂ ਬਗ ਜਾਂਦੀ ਹਾਂ ਝੋਲਾ ਚੱਕ ਕੇ, ਮੈਂ ਬਗ ਜਾਂਦੀ ਹਾਂ ਝੋਲਾ ਚੱਕ ਕੇ ਨਾ। ਹੁਣ ਐਂ ਦੱਸ ਤੂੰ ਬਈ, ਇਹਨਾਂ ਨੂੰ ਪਤਾ ਕਿਵੇਂ ਲੱਗਿਆ ਵੀ ਬਹੂ ਨੇ ਹੁਣ ਇਹਨਾਂ ਦਾ ਬਲੈਕ ਲਿਸਟ 'ਚ ਪਾ ਤਾ ਫੋਨ? ਓਹੋ, ਕਹਿ ਸਾਰੀ ਰਾਤ ਰੋਈ ਮਰਿਆ ਗਮਾਂਡੀਆਂ ਦਾ, ਹੈਂ ਤੈਨੂੰ ਹਜੇ ਵੀ ਨਹੀਂ ਲੱਖਣਾ? ਬੇ ਮੈਂ ਸੁਣ ਕੇ ਆਈ ਹਾਂ, ਕਸਮਾਨ ਪਰੇ ਅੰਦਰ ਮੈਂ ਚਾਹ ਕਰਨ ਲੱਗ ਰਹੀ ਤੀ। ਅੱਛਾ ਆਹੋ, ਆ ਜਿਹੜੀ ਮੈਂ ਤੇਰੀ ਗਲਤੀ ਕਹਿ ਰਿਹਾ ਸੀ, ਮੈਂ ਮੰਨਦਾ ਨਹੀਂ ਤੀ ਇਸ ਗੱਲ ਨੂੰ। ਤੂੰ ਕਹਿੰਦੀ ਬਹੂ ਦੇ ਨਾਂ ਘਰ ਕਰਾ ਦੇ, ਆਪਣੇ ਨਾਂ ਜ਼ਮੀਨ ਹੋ ਜੂਗੀ, ਆ ਘਰ ਵੀ ਤੇਰੇ ਕਰਕੇ ਗਿਆ, ਨਹੀਂ ਘਰਤਾ ਰਹਿੰਦਾ ਆਪਦੇ। ਫਿਰ ਕੁੜੀ ਨੇ ਆਪਣੀ ਮੰਨੀ ਨਹੀਂ ਹੈਗੀ, ਹੁਣ ਜਿਹੜੇ ਇਹਨਾਂ ਦਾ ਨੰਬਰ ਬਲੈਕ ਲਿਸਟ ਦੇਖਦਾ, ਖਬਰ ਆਪਾਂ ਨੂੰ ਬੁਲਾਉਂਦੀ ਹੋਵੇ ਬਾਰੇ। ਲੈ ਆਪਾਂ ਨੂੰ ਬੁਲਾ ਲੂ ਉਹ, ਮੈਨੂੰ ਤਾਂ ਜੇ ਇੱਕ ਦਿਨ ਫੋਨ ਕਰਕੇ ਕਹਿਤਾ ਨਾ, ਮੈਂ ਤਾਂ ਨਾਲ ਦੀ ਨਾਲ ਜਹਾਜ਼ ਚੜ ਜੂੰ। ਚੜ ਜੀ, ਤੈਨੂੰ ਕੋਈ ਰੋਕਦਾ ਫਿਰ? ਹਾਂ ਉਰੇ ਦੱਸ ਕੀ ਮੇਰਾ ਉਹ ਕਰਿਆ ਹੋਇਆਗਾ। ਉੱਤੋਂ ਹੀ ਉੱਤੋਂ ਮਿੱਠੀ ਤੀ ਤੇਰੇ ਨਾਲ, ਆ ਜਿਹੜੀ ਬਾਜ਼ਾਰ ਜਾ ਕੇ, ਚੱਲ ਮੰਮੀ ਜੀ ਆਪਾਂ ਸੂਟ ਖਰੀਦ ਕੇ ਲਿਆਈਏ, ਚੱਲ ਆਪਾਂ ਉਹ ਗੋਟੇ ਵਾਲੀਆਂ ਚੁੰਨੀਆਂ ਲਿਆਈਏ ਖਰੀਦ। ਤੇਰੇ ਕਿ ਨਾਗ ਲੜਦਾਗਾ, ਜੇ ਦਬਾ ਲਿਆ ਫਿਰ ਕੀ ਹੋ ਗਿਆ, ਪੁੰਨੋ ਹੁੰਦਾ ਹੁੰਦਾ ਗਾ, ਉਹੀ ਬੋਲੀ ਜਾਂਦਾ ਗਾ। ਓਏ ਮਖਾਂ, ਉੱਤੋਂ ਉੱਤੋਂ ਹੀ ਮਿੱਠੀ ਤੀ, ਆਹੀ ਗੱਲ ਕਰਦਾ ਮੈਂ ਉਹਦੀ ਨਬਜ਼ ਪਛਾਣੀ ਬੈਠਿਆ ਤੀ। ਵੀ ਕਿਹੜੀਆਂ ਨਬਜ਼ਾਂ ਪਛਾਣਦਾ ਤੀ ਤੂੰ? ਇੱਕ ਗੱਲ ਤਾਂ ਪਰ ਹੈਗੀ ਆ, ਆਪਾਂ ਉਹਨੂੰ ਇੱਕ ਰੁਪਈਆ ਨਹੀਂ ਦਿੰਦੇ ਤੀਗੇ ਸਾਲੇ, ਹੈ ਹੁਣ ਹੁਣ ਉਹ ਨਾ ਐਂ ਕਰਕੇ ਐਂ ਕਰਕੇ ਹੱਥ 'ਤੇ ਹੱਥ ਮਾਰ ਕੇ ਬਾਗੀ, ਹੁਣ ਆਊਗਾ ਸਵਾਦ। ਮੇਰਾ ਤਾਂ ਨਾ ਕਾਲ ਜਿਹਾ ਠੰਡਾ ਜਿਹਾ ਹੋ ਗਿਆ ਜਦ ਕੁੜੀ ਉੱਥੇ ਬਾਗੀ ਲਾ ਕੇ ਰੁਪਈਏ ਖਰ ਦਿਨ ਜਹਾਜ਼ ਚੜ੍ਹਾਤੀ। ਹੁਣ ਦੇਖ ਫਿਰ ਨਾਲੇ ਕਰਜ਼ਾਊ ਹੋ ਗਏ, 25-30 ਲੱਖ ਰੁਪਏ ਲਾ ਕੇ ਊਂ ਭੇਜੀ ਆ, ਹੈਂ ਸਿਰ ਪੈਸੇ ਚੜ੍ਹ ਗਏ। ਹੁਣ ਦੇਖੀ ਇਹਨਾਂ ਦਾ ਆਪ 'ਚ ਕਸਮਾਣ ਪੈਂਦਾ। ਕਾਲ ਜਿਹਾ ਤਾਂ ਮੇਰਾ ਵੀ ਠਰ ਗਿਆ, ਉਹ ਕਦੇ ਨਾ ਕਦੇ ਕਿਸੇ ਨਾ ਕਿਸੇ ਦਾ ਸਰਾਫ ਤਾਂ ਲੱਗਦਾ ਹੀ ਹੈ। ਇੱਕ ਇੱਕ ਦਿਨ ਨਾ, ਇਕੱਲਾ ਇਕੱਲਾ ਦਿਨ ਬਹੁਤ ਔਖਾ ਹੋ ਕੇ ਲੰਘਾਇਆ ਮੈਂ ਇਹਨਾਂ ਨਾਲ, ਬਹੁਤ ਔਖਾ ਹੋ ਕੇ ਲੰਘਾਇਆ। ਤੂੰ ਨਹੀਂ ਜਾਣਦੀ, ਤੂੰ ਨਹੀਂ ਜਾਣਦੀ ਕਿੰਨਾ ਔਖਾ ਹੋਇਆ ਮੈਂ। ਕੋਈ ਨਹੀਂ, ਫਿਰਨਗੇ ਇੱਥੇ ਕੁੱਤਿਆਂ ਦੇ ਡਲੇ ਲਾਉਂਦੇ, ਸਰਾਫ ਮਾਰੂ ਮੇਰੇ ਸਲਾਂ ਨੂੰ ਸਰਾਫ। ਬੇ ਸਰਾਫ ਤਾਂ ਮਾਰੂਗਾ ਜਿਹੜਾ ਮਾਰੂਗਾ, ਪਰ ਇੱਕ ਗੱਲ ਹੋਰ ਆ, ਐਂ ਕਰ ਦੁਪਹਿਰ ਦੀ ਚਾਹ ਨਾ ਬਰਫੀ ਦਾ ਡੱਬਾ ਲਿਆਈ, ਦਿਖਿਆ ਦਿਖਿਆ ਖਾਵਾਂਗੇ ਮੇਰੇ ਸਾਲਿਆਂ ਨੂੰ। ਹੋਰ ਹੁਣ ਹਾਂ ਲੈ, ਮੈਂ ਤਾਂ ਜਾਂਦਾ ਫਿਰ। ਤੂੰ ਹੁਣ ਜਾਂਦਾ? ਉਹ ਜਾਂਦਾ ਤਾਂ ਸਾਲਿਆਂ ਕੋਲ ਜਾਂਦਾ, ਨਾਲੇ ਤਾਂ ਪੱਟੂਗੇ ਰਹਿੰਦੀ ਮਿੱਟੀ ਵੀ ਐਂ ਕਰਗੀ ਬਹੂ। ਹਾਂ ਨਾਲੇ ਉਹਦਾ ਹੋਇਆ ਫੜ ਕੇ ਲਿਆਉਂਗਾ ਬਰਫੀ ਦਾ ਡੱਬਾ, ਐਂ ਦਿਖਿਆ ਦਿਖਿਆ ਖਾਵਾਂਗੇ। ਉਹ ਤਾਂ ਹੁਣ ਜਾ ਖਾਵਾਂਗੀ ਆਪਾਂ, ਪਰ ਆਪਣੀ ਮਿੱਟੀ ਪੱਟੀ 'ਤੇ ਨਾ
ਬੁੜੇ ਨੇ ਵਿਆਹ ਕਰਾ ਲਿਆ, ਬੁੜੇ ਨੇ ਵਿਆਹ ਕਰਾ ਲਿਆ, ਹੁਣ ਤੂੰ ਕਹਿ ਕੇ ਆਈ ਉੱਥੇ ਵੀ ਇਹਨਾਂ ਦੀ ਬਹੂ ਇਹਨਾਂ ਨਾਲ ਐਂ ਕਰਦੀ ਨਾ? ਦੱਸ ਕੀ ਅਲੋਕਾਰੀ ਕਰਤੀ ਫਿਰ ਵੀ ਜੀ ਵਿਆਹ ਕਰਾ ਲਿਆ, ਦੁਨੀਆ ਵਿਆਹ ਕਰਾਉਂਦੀ ਹੈ? ਦੇਖਦਾ ਸੀ ਇਹਨਾਂ ਦੇ ਪਤਾ ਨਹੀਂ ਕੀ ਜੈਰਾਂ ਦੇ ਸਾਲੇ ਹੁੰਦੇ ਨੇ, ਹੈ ਬੇੜਾ ਬੈਠੀ ਵਾਲਿਆਂ ਨੇ ਤਾਂ ਪਾਇਆ ਕਿੱਥੋਂ? ਆਹ ਦੇਖ ਕੀ ਕੀਤਾ ਹੋਇਆ ਇਹਨਾਂ ਨਾਲ, ਨੱਚਦੇ ਫਿਰਦੇ ਹੁੰਦੇ ਤੇ ਸਾਡੀ ਬਹੂ ਬਾਹਰ ਜਾਊਗੀ, ਸਾਡੀ ਬਹੂ ਬਾਹਰ ਜਾਊਗੀ। ਚੰਗਾ ਲੈ ਹੁਣ ਉਰੇ ਨਾ ਖੁਸ਼ੀਆਂ ਮਨਾਈ ਜਾ, ਬਾਰੇ ਤਾਂਸਾਂ ਵਾਲੇ ਕੋਲ ਮਨਾਇਆ ਲੈ, ਫੜਾ ਮੈਨੂੰ ਗਲਾਸ ਵੀ ਫੜਾ ਦੇ ਹੋਰ ਜਾ। ਅੱਜ ਤਾਂ ਇੱਜ਼ਤ ਨਾਲ ਫੜ ਰਹੀ ਹੈ ਗਲਾਸ, ਬੇ ਹੋਰ ਮਾਂਜਣੇ ਨੇ ਥੱਲੇ, ਹੁਣ ਤੈਨੂੰ ਪਤਾ ਤਾਂ ਹੈਗਾ ਮੱਖੀਆਂ ਮੱਖੀਆਂ ਆ ਜਾਂਦੀਆਂ ਨੇ। ਲੈ ਤੂੰ ਵੀ ਆਣ ਗਵਾਂਡ 'ਚ ਨਾ ਆਪਦਾ ਚੱਕ ਦੇ ਫਟ। ਬੇ ਮੇਰਾ ਤਾਂ ਢਿੱਡ 'ਚ ਖਲ ਪੈ ਰਿਹਾ ਗਾ ਢਿੱਡ 'ਚ, ਮੈਂ ਤਾਂ ਜਾ ਕੇ ਭੜਾਸ ਕੱਢ ਕੇ ਆਉਣੀ ਆ, ਪਰ ਇਹ ਤਾਂ ਕੀ ਜਾਣਗੇ ਮੇਰੇ ਇਸ ਵਾਲੇ, ਹੈਂ ਚੌੜੇ ਹੋ ਗਏ ਨੇ ਸਾਡੀ ਬਹੂ ਸਾਡੀ ਬਹੂ। ਪਰ ਇੱਕ ਗੱਲ ਨੇ ਤਾਂ ਵਧੀਆ ਹੋਇਆ, ਬਹੂ ਬਾਹਰ ਵੱਗ ਗਈ ਅਤੇ ਇਹਨਾਂ ਨੂੰ ਆਹ ਕੁੱਤੀ ਦੇ ਪੰਜ ਜਿੰਨੀ ਕੁ ਤੀਵੀਂ ਆ ਜਿਹੜੀ ਹੁਣ ਫਿਰਦੀ ਆ ਪੂਸ ਹਲੇ ਆਉਂਦੀ, ਫਰੀ ਜਾ ਕੁਛ ਨਹੀਂ ਬਣਦਾ ਹੁਣ। ਲੈ ਪਹੁੰਚ ਹੀ ਗਈ ਪੁੱਛ ਪਛਾ ਕੇ ਖੇਤ, ਕਿੰਨਾ ਜੀ ਲੱਗਦਾ ਇੱਥੇ, ਫਿਰ ਵੀ ਆਪਦਾ ਪਿੰਡ ਤਾਂ ਆਪਦਾ ਪਿੰਡ ਹੀ ਹੁੰਦਾ, ਆਪਦੀ ਜ਼ਮੀਨ ਆਪਦੀ ਜ਼ਮੀਨ ਹੁੰਦੀ ਆ। ਕਿੰਨਾ ਸਕੂਨ ਆਉਂਦਾ, ਕਿੰਨੀ ਸੋਹਣੀ ਹਵਾ ਚੱਲਦੀ ਆ। ਮਰਨ ਤੋਂ ਪਹਿਲਾਂ ਰਾਣੂ ਦਾ ਪਿਓ ਮੈਨੂੰ ਕਹਿੰਦਾ ਹੁੰਦਾ ਸੀ ਕਿ ਸਾਡੀ ਜ਼ਮੀਨ ਟਿੱਬਾ ਹੁੰਦੀ ਸੀ, ਅਤੇ ਮੈਂ ਕਰਾਹੇ ਲਾ ਲਾ ਕੇ ਸਾਰੀ ਆਪਦੇ ਹੱਥੀਂ ਪੱਧਰੀ ਕੀਤੀ ਆ, ਅਤੇ ਤਾਂ ਅੱਜ ਸਾਡੀ ਜ਼ਮੀਨ ਫਸਲ ਜੋਗੀ ਹੋਈ ਆ, ਅਤੇ ਤਾਂ ਅਸੀਂ ਚਾਰ ਦਾਣੇ ਖਾਂਦੇ ਹਾਂ। ਪਰ ਜਦੋਂ ਉਹਦੀ ਐਸ਼ ਕਰਨ ਦੀ ਵਾਰੀ ਆਈ ਤਾਂ ਇਸ ਦੁਨੀਆਂ ਤੋਂ ਚਲਾ ਗਿਆ। ਕੀ ਕਸੂਰ ਸੀਗਾ, ਬੁੜੇ ਨੇ ਇੱਕ ਵਾਰੀ ਵੀ ਤਰਸ ਨਹੀਂ ਕੀਤਾ, ਰਾਣੂ ਦੇ ਪਾਪਾ ਦਾ ਇਹ ਕਸੂਰ ਸੀ ਕਿ ਉਹਨੇ ਮੈਨੂੰ ਪਿਆਰ ਕੀਤਾ, ਉਹਨੇ ਮੇਰੇ ਨਾਲ ਵਿਆਹ ਕਰਾਇਆ। ਇੰਨੀ ਵੱਡੀ ਸਜ਼ਾ, ਇੰਨੀ ਵੱਡੀ ਸਜ਼ਾ ਕਿਉਂ ਦਿੱਤੀ? ਇੱਕ ਵਾਰ ਤਾਂ ਤਰਸ ਕਰ ਲੈਂਦਾ ਵੀ ਤੇਰਾ ਪੁੱਤ ਹੈ, ਤੂੰ ਇਹਨੂੰ ਧੱਕੇ ਮਾਰ ਮਾਰ ਕੇ ਤੂੰ ਕੱਢ ਰਿਹਾ, ਜੇ ਅੱਜ ਉਹ ਜਿਉਂਦਾ ਹੁੰਦਾ ਤਾਂ ਕਿੰਨਾ ਖੁਸ਼ਕੁਸ਼ ਅਸੀਂ ਇੱਥੇ ਰਹਿਣਾ ਸੀਗਾ, ਕਿੰਨਾ ਸੋਹਣਾ ਹੱਸਦਾ ਖੇਡਦਾ ਪਰਿਵਾਰ ਸੀ। ਇੱਕ ਤਾਂ ਬੁੜਾ ਪਤਾ ਨਹੀਂ ਕਿੱਧਰ ਮਰਿਆ ਗਾ, ਹੈਂ ਜਮਾਂ ਨਹੀਂ ਘਰੇ ਖੜਦਾ, ਚੌਰਾ ਘਰੇ ਤਾਂ ਖੜ ਜੇ, ਹੈਂ ਸਾਰਾ ਦਿਨ ਬਾਹਰ ਦੀ ਅੱਗ ਲੱਗੀ ਰਹਿੰਦੀ ਆ ਰੁੜਨੇ ਨੂੰ, ਦੱਸ ਕੀ ਕਰਦਾ ਗਾ ਬਾਹਰੇ। ਫੋਨ ਲਾਉਂਦੀ ਹਾਂ ਭਲਾ, ਫੋਨ ਲਾ ਕੇ ਕਰਦੀ ਹਾਂ ਗੱਲ ਉਹਦੇ ਨਾਲ, ਫੋਨ 'ਤੇ ਕਹਿੰਦੀ ਹਾਂ ਵੀ ਮਰਿਆ ਹੁਣ ਘਰੇ ਇੰਨਾ ਟਾਈਮ, ਹੈਂ ਇਹ ਕਿਵੇਂ ਲੱਗ ਰਿਹਾ ਝਾੜੂ ਲਾਉਣ? ਲੈ ਕਰ ਹੁਣ ਟਾਈਮ ਆ, ਕਿਵੇਂ ਕਹਿੰਦੇ ਨੇ ਅੰਨਾ ਕੀ ਭਾਲੇ ਦੋ ਨੈਣ, ਤਾਂ ਜਾ ਕੇ ਕਰਾਂ ਨਾ ਇਹਦੀ ਨਾ ਦੁੱਖ ਦੀ ਰੱਗ ਫੜ ਲਾ, ਪੂੰਸ 'ਤੇ ਪੂੰਸ 'ਤੇ ਪੈਰ ਧਰੂੰਗੀ ਐਂ ਕਰਕੇ, ਦੇਖੀ ਫਿਰ ਬਾਂਦਰ ਟਬੂਸੀ ਮਾਰਦੀ। ਹੈਂ ਜਾ ਕੇ ਨਾ ਪਾ ਦੇ ਪੀਪਾ ਤੇਲ ਦਾ, ਦੇਖੀ ਭਾਂਬੜ ਉੱਠਦਾ, ਐਂ ਉੱਠੂਗਾ ਭਾਂਬੜ, ਅਤੇ ਹੁਣ ਤਾਂ ਦਿਨ ਵੀ ਭਾਂਬੜ ਉੱਠਣ ਵਾਲੀ ਨੇ। ਐਂ ਕਰ ਚੱਲ ਫਿਰ ਫੋਨ ਉਰੀ ਨਾ ਲਾ ਕਰਨ, ਅਤੇ ਲਵੇ ਜਾ ਕੇ ਕਰਨ 'ਤੇ ਫੋਨ ਲਾ ਲਈ। ਹੈਂ ਮੇਰੀ ਸੌਕਣ ਸੁੱਕਰੀ ਫਿਰਦੀ ਸੀਗੀ, ਸਾਡੀ ਬਹੂ ਸਾਡੀ ਬਹੂ, ਹੈਂ ਹੁਣ ਦੇਖੀ ਇਹਦੇ ਬਹੂ ਵਾਲੇ ਚਿੜੜ ਭੁੰਡੀਆਂ ਉੱਠਦੀਆਂ, ਕੱਢਾਂ ਇਹਦੇ ਤਾਂ ਵੱਟ ਜੇ ਮੈਂ ਲੰਘਲਾ ਕਿਰਾਂ। ਹਾਂ ਹਾਂ ਠੀਕ ਆ ਭੈਣੇ, ਹੈਂ ਅੱਛਾ ਬਲੈਕਲਿਸਟ 'ਚ ਪਾਤਾ ਨੰਬਰ, ਬੂ ਮੈਂ ਮਰ ਜਾ। ਨਹੀਂ ਅੱਜ ਕੱਲ੍ਹ ਤਾਂ ਭੈਣੇ ਬਸ ਪੁੱਛ ਨਾ ਕੁਛ,
ਇਹੀ ਸਾਰੇ ਕਿਤੇ ਇਹੀ ਹੋ ਰਿਹਾ ਹੈਗਾ ਬਸ। ਹਾਂ ਹਾਂ, ਇੱਕ ਨੂੰ ਪੁੱਤੇ ਦੀ ਬਲੈਕ ਲਿਸਟ ਪਤਾ ਨਹੀਂ ਕਿੱਥੋਂ ਆਈ ਆ, ਜਿਹੜੀ 'ਚ ਨੰਬਰ ਪਾ ਦਿੰਦੇ ਨੇ। ਅੱਛਾ, ਮੁੰਡੇ ਨੇ ਫੋਨ ਲਾਇਆ ਤੀ, ਚੱਕਿਆ ਨਹੀਂ ਫਿਰ? ਨਹੀਂ ਮੈਂ ਮਰ ਜਾ, ਮਾੜੀ ਹੋਇਆ ਹੋਰ। ਨਹੀਂ ਭੈਣੇ ਮੇਰੀ ਗੱਲ ਸੁਣ, ਉਹ ਇੱਕ ਗਾਣਾ ਨਹੀਂ ਆਇਆ, ਕਹਿੰਦੇ ਨਹੀਂ ਹੁੰਦਾ ਸੀਗਾ ਉਹ, ਪਤਾ ਨਹੀਂ ਕਿਹੜਾ ਗਾਣੇ 'ਚ ਕੀ ਕਿਵੇਂ ਜੇ ਤੀ ਕਹਿੰਦਾ ਸੀਗਾ, ਜੋ ਫੱਕਰਾਂ ਨਾਲ ਕਰੀ ਆ ਪਛਤਾਏਗੀ ਨਹੀਂ। ਹੈਂ, ਉਹ ਕੰਮ ਹੋ ਰਿਹਾ ਭੈਣੇ, ਮਾਂਗਰ ਤਾਂ ਪਛਤਾਉਣਾ ਪਊਗਾ। ਹੋਰ ਚੱਲ ਠੀਕ ਆ ਭੈਣੇ, ਦਿਲ ਨਾ ਹੌਲਾ ਕਰ, ਕੋਈ ਨਾ, ਪਾਤਾ ਪਾਤਾ ਬਲੈਕ ਲਿਸਟ, ਲਾ ਗਈ ਖੁੰਜੇ। ਹਾਂ ਚੰਗਾ, ਠੀਕ ਆ ਠੀਕ ਆ, ਚੰਗਾ ਚੱਲ ਫੇਰ ਕਰਾਂਗੇ ਗੱਲ। ਭਾਈ ਸਾਈਡ ਤੇ ਉਹ ਝਾੜੂ ਹੈ ਨਹੀਂ, ਮੇਰੀ ਗੱਲ ਸੁਣ ਭੈਣੇ। ਹੈਂ ਆ ਨਾ, ਮੇਰੇ ਕੋਲ ਟਾਈਮ ਨਹੀਂ ਹੈਗਾ ਮੈਨੂੰ ਝਾੜੂ ਲਾਉਣ ਦੇ। ਗੱਲ ਤਾਂ ਸੁਣ, ਮਾੜੀ ਗੱਲ ਹੋਈ, ਆ ਬਹੂ ਬਾਹਰ ਗਈ ਸੀਗੀ ਮੇਰੀ ਭੈਣ ਦੀ ਨੂੰ, ਮੁੰਡੇ ਦਾ ਨੰਬਰੇ ਬਲੈਕ ਲਿਸਟ 'ਚ ਪਾਤਾ ਨਪੁੱਤੀ ਨੇ, ਉਹ ਤਾਂ ਮਾੜੀ ਹੋਇਆ, ਚੱਕਦੀ ਹੈ ਨਹੀਂ ਫੋਨ ਹੁਣ। ਮਾੜਾ ਤਾਂ ਹੋਇਆ। ਹਾਂ ਮਾੜਾ ਹੋਇਆ, ਆਹ ਦੇਖ ਲਾ ਖੂੰਜੇ ਲਾ ਕੇ ਰੱਖ ਗਈ ਬਹੂ ਜੀ। ਅੱਜ ਕੱਲ੍ਹ ਬਹੂਆਂ 'ਤੇ ਕੋਈ ਭਰੋਸਾ ਨਹੀਂ ਹੈਗਾ, ਮਾੜਾ ਜਿਹਾ ਧਿਆਨ ਰੱਖਿਆ ਕਰ ਤੂੰ ਵੀ ਤੇਰੇ ਆਈ ਦਾ। ਚੰਗਾ ਚੱਲ ਠੀਕ ਆ, ਫੋਨ ਦੁਬਾਰੇ ਨਾ ਆਜੇ, ਕਿਤੇ ਮੈਂ ਤਾਂ ਗੱਲ ਕਰਨੀ ਆ ਦੁੱਖ ਸੁੱਖ ਵਿਚਾਰੀ ਨਾਲ। ਲੈ ਲਾ ਹੈ, ਇਹ ਤਵਾ ਤਾਂ ਮੈਨੂੰ ਹੀ ਲਾ ਕੇ ਗਈ ਆ, ਮੈਨੂੰ ਪਤਾ। ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਅਸੀਂ ਤਾਂ ਅੰਦਰ ਵੜ ਵੜ ਗੱਲਾਂ ਕਰਦੇ ਹਾਂ, ਇਹਨੂੰ ਪਤਾ ਨਹੀਂ ਖਰਗੋਸ਼ਣੀ ਜੀ ਇਹਨੂੰ ਕਿੱਥੋਂ ਗੱਲ ਦਾ ਪਤਾ ਲੱਗ ਜਾਂਦਾ, ਇਹ ਨਹੀਂ ਪਤਾ ਵੀ ਇਹਦੇ ਕੰਨ ਸਾਡੇ ਅੰਦਰ ਹੀ ਪਏ ਹੁੰਦੇ ਨੇ। ਹੈਂ ਕਿਵੇਂ ਦੱਸ, ਇਹਦਾ ਇਹ ਨਹੀਂ ਪਤਾ ਹੈਗਾ, ਹੁਣ ਸਾਰੇ ਘਰ 'ਚ ਢਿਡੋਰਾ ਪਿੱਟ ਦੂਗੀ। ਇੱਕ ਆਹ ਮੁੰਡਾ ਜਿਹਾ ਇੰਨੀ ਉੱਚੀ ਉੱਚੀ ਬੋਲਦਾ, ਢਿੱਡਲ ਜਿਹਾ ਐਡਾ ਹਲਕ ਪਾਲ ਲੂਗਾ ਵੀ ਭਾਈ ਤੂੰ ਹੌਲੀ ਗੱਲ ਕਰ ਲਾ ਜੇ ਕਰਨੀ ਆ। ਕਿਵੇਂ ਮਜ਼ੇ ਲੈਂਦੀ ਸੀ ਮੇਰੇ ਚੰਗੀ ਤਰ੍ਹਾਂ, ਹੁਣ ਮੈਂ ਤਾਂ ਬੋਲਣ ਜੋਗੀ ਵੀ ਨਹੀਂ ਹੈਗੀ, ਹੁਣ ਮੈਨੂੰ ਕਿਹੜਾ ਪਤਾ ਵੀ ਭਾਈ ਉਹ ਸਹੀ ਆ ਕਿ ਗਲਤ ਆ। ਹੁਣ ਕੀ ਪਤਾ ਕਾਹਤੋਂ ਬਲੈਕ ਲਿਸਟ 'ਚ ਨੰਬਰ ਸਿੱਟਤਾ, ਕੋਈ ਗੱਲ ਹੋ ਗਈ ਹੋਊਗੀ। ਚੱਲ ਕੋਈ ਨਹੀਂ, ਇੰਨਾ ਤਾਂ ਮੈਨੂੰ ਯਕੀਨ ਆ ਕੁੜੀ 'ਤੇ, ਚੱਕ ਲੂਗੀ ਫੋਨ, ਇਹਨੂੰ ਬੋਲੀ ਜਾਂਦੇ ਜੋ ਬੋਲਣਾ। ਝਾੜੂ ਲਾ ਤੂੰ ਤਾਂ, ਤੇਰੇ 'ਤੇ ਤਾਂ ਹੀ ਤਵੇ ਲੱਗੀ ਜਾਣੇ ਆ। ਵਾਹ ਜਾਵਾਂ, ਮੈਨੂੰ ਲੱਗਦਾ ਤਾਰੀ ਖੜਾ ਖੇਤ ਆ, ਰਿੰਕੂ ਲਵੇ ਤਾਂ ਬਾਅਦ 'ਚ ਹੀ ਜਾਊਂਗਾ, ਤਾਰੀ ਨੂੰ ਪੁੱਛਦਾ। ਇਹਦਾ ਲੈ ਕੇ ਫੋਨ ਨਾ, ਇੱਥੇ ਫੋਨ ਲਾਵਾਂ। ਤਾਰੀ, ਹੋ ਤਾਰੀ, ਤਾਰੀ ਓਏ, ਹੋ ਉੱਧਰ ਫਰੀ ਜਾਂਦਾ ਮਾੜਾ ਮੋਟਾ, ਇੱਧਰ ਵੀ ਆ ਜਾ, ਕੀ ਕਰਦਾ ਹੈ? ਮੈਂ ਤਾਂ ਸਪਰੇਅ ਜੀ ਕਰਕੇ ਹਟਿਆ ਸੀਗਾ। ਉਹ ਸਪਰੇਅ ਤਾਂ ਕਰਦਾ, ਮੂੰਹ ਕਿਉਂ ਟੱਕਿਆ, ਇਹ ਕਿਹੜਾ ਚੜ੍ਹਦੀ ਹੈ? ਉਹ ਮੂੰਹ ਇੱਕ ਦਾ ਰੰਗ ਕਾਲਾ ਹੋ ਜਾਂਦਾ। ਤਾਰੀ, ਹਾਂ ਉਹ ਯਾਰ ਮੈਂ ਭੁੱਲਿਆ ਮੋਬਾਈਲ। ਹਾਂ ਤੇਰਾ ਮੋਬਾਈਲ ਕਿੱਥੇ ਸੀ ਮਾੜਾ ਜਿਹਾ? ਆ ਕੋਠੇ ਦੇ ਅੰਦਰ ਪਿਆ। ਠੀਕ ਹੈ, ਉਹ ਮੇਰੇ ਲਾਣੇਦਾਰ ਨੂੰ ਲਾਉਣਾ ਯਾਰ। ਲਾ ਲਾ ਕੋਈ ਨਾ, ਹੁਣ ਤਾਂ ਮਿਲ ਗਿਆ, ਛੇਤੀ ਦਿਨ ਲਾ ਕੇ ਦੇਖਾਂ ਨੂੰ। ਪਾਸਵਰਡ ਲਾ ਕਿਆ? ਉਹ ਤਾਰੀ, ਉਹਦਾ ਪਾਸਵਰਡ ਕਿੰਨਾ? ਉਹ 12 12 ਭਰ ਦੇ। ਠੀਕ ਆ, ਵਟਸਐਪ ਚਲਾਵਾਂ। ਚੁੱਕਿਆ ਨਹੀਂ, ਦੁਬਾਰਾ ਲਾਉਣਾ। ਹੈਲੋ, ਹਾਂ ਕਿਰਨ, ਕਿਵੇਂ ਆ? ਮੈਂ ਜੂਬੀ। ਕੀ ਕਿਹਾ? ਤੈਨੂੰ ਫੋਨ ਨਾ ਕਰਾਂ? ਕਿਉਂ ਕਿਰਨ, ਤੈਨੂੰ ਫੋਨ ਕਿਉਂ ਨਾ ਕਰਾਂ? ਲੈ ਯਾਰ, ਐਂ ਕਿਉਂ ਨਹੀਂ ਲੱਗਦਾ ਤੇਰਾ ਕੁਛ ਯਾਰ? ਤੇਰਾ ਘਰ ਵਾਲਾ ਮੈਂ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੀਆਂ? ਘਰ ਵਾਲਾ ਸੀ, ਇਹ ਤੂੰ ਕੀ ਕਹਿ ਰਹੀ ਆ ਕਿਰਨਾ?
ਕਹਿੰਦਾ ਮੇਰੀ ਗੱਲ ਸੁਣ, ਸਾਰਾ ਟੱਬਰ ਟੈਨਸ਼ਨ ਦੇ ਵਿੱਚ ਬੈਠਾ ਹੈਂ, ਤੇ ਸਾਰਿਆਂ ਦੇ ਨੰਬਰ ਬਲੌਕ ਲਿਸਟ 'ਚ ਪਾ ਰਹੇ ਨੇ, ਐਂ ਕਿਉਂ ਕੀਤਾ ਭਲਾ ਤੂੰ? ਲੈ ਕਹਿੰਦਾ ਅਸੀਂ ਤੇਰੇ ਨਾਲ ਭਲਾ ਕੀ ਕੀਤਾ ਗਾ, ਤੂੰ ਤਾਂ ਉਹੀ ਕਹੀ ਜਾਂਦੀ ਆ ਵੀ ਅਸੀਂ ਤੇਰੇ ਨਾਲ ਬਹੁਤ ਕੀਤੀਆਂ ਨੇ। ਨਾ ਨਾ ਕਹਿੰਦਾ, ਡੈਡੀ ਤੇਰਾ ਬਹੁਤ ਫਿਕਰ ਕਰਦਾ, ਮੰਮੀ ਤੇਰਾ ਬਹੁਤ ਫਿਕਰ ਕਰਦੀ ਹੈ, ਉਹ ਤਾਂ ਆਪ ਕਹਿ ਰਹੇ ਨੇ ਵੀ ਕਹਿੰਦਾ ਕਿਉਂ ਨਹੀਂ ਫੋਨ ਚੱਕ ਰਹੀ, ਤੂੰ ਛੇਤੀ ਦਿਨੇ ਕਰ, ਸਾਡਾ ਨੰਬਰ ਤਾਂ ਬਲੌਕ ਲਿਸਟ 'ਚ ਪਾ ਰੱਖਿਆ, ਆਹ ਕਿਸੇ ਦੇ ਤੋਂ ਕਰਿਆ? ਨਾ ਨਾ ਕਹਿੰਦਾ, ਹੈ ਨਾ ਕਹਿ ਤੂੰ। ਕਹਿੰਦਾ ਮੇਰੀ ਗੱਲ ਸੁਣ, ਮੇਰੀ ਗੱਲ ਸੁਣ, ਮਾੜਾ ਮੋਟਾ ਸੋਚ। ਕਹਿੰਦਾ ਮੇਰੇ ਬਾਪ ਨੇ ਨਾ ਮਸਾਂ 25-25 ਇਕੱਠੀ ਕਰਕੇ ਤੇਰੇ 'ਤੇ ਪੈਸਾ ਲਾਇਆ। ਕਹਿੰਦਾ 20-25 ਲੱਖ ਥੋੜ੍ਹਾ ਨਹੀਂ ਹੁੰਦਾ, ਠਿੱਕਰੀਆਂ ਹੋਣੀ ਇਕੱਠੀਆਂ ਹੁੰਦੀਆਂ 20-25 ਲੱਖ ਦਾ ਜੇ ਬੰਦਾ ਕਰਨ ਲੱਗ ਜੇ, ਹੁਣ ਤਾਂ ਫਿਰ ਵੀ ਬੇਚਾਰਿਆਂ ਨੇ। ਕਹਿੰਦਾ ਗੱਲ ਸੁਣ ਲਾ, ਹੈ ਕਿਉਂ ਨਹੀਂ ਰਿਸ਼ਤਾ ਰੱਖਣਾ ਤੂੰ ਕੋਈ? ਕਹਿੰਦਾ ਮੇਰੀ ਗੱਲ, ਕਹਿੰਦਾ ਕੱਟ ਗਈ। ਲੈ ਕਹਿੰਦੀ ਆਪਣਾ ਤਾਂ ਕੋਈ ਰਿਸ਼ਤਾ ਹੀ ਨਹੀਂ, ਵੀ ਤੁਸੀਂ ਮੇਰੇ ਨਾਲ ਬਹੁਤ ਮਾੜੀਆਂ ਕਰੀਆਂ ਨੇ, ਮੈਂ ਨਹੀਂ ਤੁਹਾਨੂੰ ਜਾਣਦੀ, ਐਂ ਥੋੜ੍ਹੀ ਹੁੰਦਾ, ਜਾ ਕੇ ਡੈਡੀ ਨੂੰ ਦੱਸਦਾ ਇਹਦਾ ਫੋਨ। ਡੈਡੀ 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 ਕਿੱਧਰ ਵਾ ਗਿਆ? ਬੇ ਮੁੰਡਿਆ ਉਰੇ ਆ ਜਾ, ਹੈ ਨਹੀਂ ਤੇਰਾ ਪਿਓ ਘਰੇ। ਮਾਤਾ ਡੈਡੀ ਕਿੱਥੇ ਆ? ਮੈਂ ਤੈਨੂੰ ਕਹੀ ਤਾਂ ਜਾਂਦੀ ਆ ਹੈ ਨਹੀਂ। ਮੇਰੀ ਗੱਲ ਸੁਣ, ਕੀ ਬਣਿਆ, ਫੋਨ ਫੋਨ ਚੱਕਿਆ ਉਹਨੇ ਕਿ ਨਾ? ਮਾਤਾ ਫੋਨ ਤਾਂ ਉਹਨੇ ਚੱਕ ਲਿਆ ਸੀ, ਜਿਹੜੀ ਮੈਂ ਤੁਹਾਨੂੰ ਗੱਲ ਕਹਿੰਦਾ ਸੀ ਨਾ ਉਹੀ ਹੋਈ। ਹਾਏ ਵੇ, ਦੱਸ ਦੇ ਛੇਤੀ ਛੇਤੀ ਕੀ ਹੋਇਆ, ਮੈਂ ਇੱਥੇ ਚੱਕਰ ਖਾ ਕੇ ਡਿੱਗ ਜੂੰਗੀ। ਉਹ ਹੁਣ ਆ ਕੀ ਸੀ, ਫੋਨ ਚੱਕ ਕੇ ਕਹਿੰਦੀ ਮੈਨੂੰ ਫੋਨ ਨਾ ਕਰਿਆ ਕਰੋ, ਤੁਹਾਡੇ ਨਾਲ ਕਹਿੰਦੀ ਮੇਰਾ ਕੋਈ ਰਿਸ਼ਤਾ ਨਹੀਂ, ਤੁਹਾਨੇ ਕਹਿੰਦੀ ਮੇਰੇ ਨਾਲ ਬਥੇਰੀਆਂ ਕਰੀਆਂ ਨੇ, ਅੱਜ ਤੋਂ ਬਾਅਦ ਮੈਨੂੰ ਫੋਨ ਨਾ ਕਰਿਓ ਕਹਿੰਦੀ। ਬੇ ਪੁੱਤ ਤੂੰ ਚੰਗੀ ਤਰ੍ਹਾਂ ਉਹਨੂੰ ਹੀ ਫੋਨ ਲਾਇਆ ਸੀ, ਕਿਸੇ ਹੋਰ ਨੂੰ ਤਾਂ ਨਹੀਂ ਲਾਤਾ? ਉਹ ਮੇਰੇ ਦਿਮਾਗ 'ਚ ਤਾਂ ਨਹੀਂ ਫਰਕ ਆ, ਪਤਾ ਨਹੀਂ ਮੈਨੂੰ ਆ ਕਿਉਂ ਤੁਸੀਂ ਗਲਤ ਕਹਿਣੇ ਹੁੰਦੇ ਹੋ, ਮੈਂ ਝੂਠ ਬੋਲਦਾ ਭਲਾ? ਹਾਏ ਪੁੱਤ ਹੁਣ ਕੀ ਕਰਾਂਗੇ, ਮੈਂ ਤਾਂ ਪਹਿਲੇ ਤੇਰੇ ਪਿਓ ਨੂੰ ਕਹਿ ਕੇ ਹਟੀ ਆ ਵੀ ਤੂੰ ਹੀ ਸਿਫਾਰਸ਼ ਲੈ ਕੇ ਆਇਆ ਸੀ ਉਹਦੀ। ਕਰਨਾ ਕੀ ਹੈ, ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਕੇ ਹਟੇ ਸੀ ਚੱਕ ਲਓ ਜ਼ਹਿਰ ਦੀਆਂ ਸੀਸੀਆਂ, ਕਰਜ਼ੇ 'ਚ ਤਾਂ ਹੁਣ ਆਏ ਗਏ, ਮਰ ਜਾਓ ਹੁਣ ਤਾਂ ਭਰਾ, ਤੁਸੀਂ ਤਾਂ ਨਹੀਂ ਮੰਨਣੀ ਹੁੰਦੀ ਕਿਸੇ ਦੀ ਪਹਿਲਾਂ। ਬੇ ਪੁੱਤ ਤੈਨੂੰ ਪੁੱਛ ਕੇ ਸਾਰਾ ਕੁਛ ਕਰਿਆ ਸੀ, ਹੁਣ ਅਸੀਂ ਕਿਹੜਾ ਇਕੱਲਿਆਂ ਨੇ ਸਾਰਾ ਕੁਛ ਕਰ ਲਿਆ? ਇੱਧਰ ਕੀ ਖੌਰੂ ਜਿਹਾ ਪਾ ਰੱਖਿਆ ਇਹਨਾਂ ਨੇ, ਚੱਲ ਪਾਈ ਜਾਣ ਦੇ। ਹਾਂ ਕੀ ਹੋ ਗਿਆ? ਹੋ ਗਿਆ ਕੰਮ, ਬੇ ਬੈਠਾ ਹੋ। ਕਿਹੜਾ ਕੰਮ? ਆਏ ਹਾਏ, ਜਿਹੜਾ ਤੈਨੂੰ ਕਿਹਾ ਨਹੀਂ ਸੀਗਾ, ਉਹ ਬਹੂ ਦੇਖ ਲਾ, ਦਿਖਾ ਗਈ ਦੇਣੀ ਤਾਰੇ ਇਹਨਾਂ ਨੂੰ ਤਾਂ। ਅੱਛਾ ਜੀ, ਹਾਂ ਆਹ ਦੇਖ, ਮੱਚ ਗਿਆ ਭਾਂਬੜ, ਮੱਚ ਗਿਆ, ਲੈ ਆ ਜਾ ਸੇਕ ਕੇ ਆਈਏ। ਹਾਂ ਮੂਹਰੇ ਲੱਗ ਲਾ, ਹੁਣ ਸੇਕਾਂਗੇ ਅੱਗ। ਹਾਂ ਆ ਜਾ, ਦੇਖ ਤਾਂ ਸਹੀ ਚੌੜੇ ਹੋ ਬੋਲਦੇ ਦੀ, ਪਵਾ ਗਈ ਸਿਰ 'ਚ ਮਿੱਟੀ, ਉਹ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ, ਹੁਣ ਸਾਰੇ ਪਿੰਡ 'ਚ ਥੂ ਥੂ ਹੋਊਗੀ। ਬੇ ਮੂੰਹ ਤਾਂ ਜਿਹੜਾ ਹੈਗਾ ਉਹੀ ਦਿਖਾਵਾਂਗੇ, ਤੂੰ ਹੁਣ ਐਂ ਦੇਖ ਗਾਹਾਂ ਆਪਣਾ ਕੀ ਬਣੂਗਾ, ਕੀ ਨਾ ਜਲੂਸ ਨਿਕਲ ਜੂਗਾ। ਜੁਵੀ ਚੁੱਪ ਕਰ ਜਾ, ਜੁਵੀ ਕੀ ਹੋ ਗਿਆ ਪੁੱਤ, ਐਂ ਕਿਉਂ ਰੌਲਾ ਜਿਹਾ ਪਾਇਆ? ਹੋਣਾ ਕੀ ਸੀ? ਕੁਛ ਨਹੀਂ ਹੋਣਾ ਕੀ ਆ, ਅੱਜ ਤਾਂ ਉਦਾਂ ਹੀ ਗੱਲਾਂ ਕਰਦੇ ਆਪਦੀਆਂ। ਉਹ ਦੱਸਦੇ ਹੋਣਾ, ਹੁਣ ਕਿਹੜਾ ਲੋਕਾਂ ਨੂੰ ਪਤਾ ਨਹੀਂ ਲੱਗਣਾ, ਆ ਕਿੰਨਾ ਮੁੱਕਰ ਗਈ ਬਾਹਰ ਜਾ ਕੇ, ਕਹਿੰਦੀ ਮੈਂ ਨਹੀਂ ਕਿਸੇ ਨੂੰ ਬੁਲਾਉਂਦੀ, ਨਾ ਤੁਸੀਂ ਕਹਿੰਦੀ ਸਾਡੇ ਕੁਛ ਲੱਗਦੇ ਹੋ। ਮੈਂ ਮਰ ਜਾ, ਕੱਡਾ ਮਾੜਾ ਕਰਿਆ ਹੈ, ਲੱਗਦੀ ਹੈ ਦੀਗੀ ਕੋੜ ਨਹੀਂ ਜੀ। ਕਲਯੁਗ ਆ ਗਿਆ, ਕਲਯੁਗ ਘੋਰ ਕਲਯੁਗ ਆ ਗਿਆ, ਹੁਣ ਕੀ ਕਰਾਂਗੇ ਯੂਵੀ? ਆਪਾਂ ਤਾਂ ਕੀ ਕਰ ਸਕਦੇ ਹਾਂ, ਕਰਤਾ ਹੋ ਗਈ, ਲੋਕਾਂ ਤੋਂ ਮੂੰਹ ਲੁਕਾਉਣ ਯੋਗੇ ਰਹਿ ਗਏ, ਉਹ ਲੁਕਾਵਾਂਗੇ ਹੁਣ ਤਾਂ, ਵੀ ਕਿਹੜਾ ਮੂੰਹ ਲੈ ਕੇ ਆਈਏ ਲੋਕਾਂ ਅੱਗੇ।
ਤੁਸੀਂ ਕਿਹੜਾ ਕਿਸੇ ਸਿਆਣੇ ਬੰਦੇ ਦੀ ਰਾਏ ਲਈ ਹੈ? ਮੈਨੂੰ ਮਾੜਾ ਮੋਟਾ ਪੁੱਛਦੇ, ਮੈਂ ਦੱਸਦਾ ਤੁਹਾਨੂੰ ਵੀ ਕੁੜੀ ਦੇ ਰੰਗ ਢੰਗ ਮੈਨੂੰ ਬਦਲੇ ਹੋਏ ਲੱਗਦੇ ਨੇ। ਤੈਨੂੰ ਕੀ ਪਤਾ ਸੀਗਾ? ਉਹ ਪਤਾ ਹੀ ਹੈ, ਹੁਣ ਆਹ ਧੁੱਪ ਚ ਧੌਲੇ ਆਏ ਨੇ ਮੇਰੇ। ਫਿਰ ਤੂੰ ਉਦੋਂ ਦਾ ਕਹਿ ਦਿੰਦਾ, ਹਾਂ ਮੁੰਡੇ ਨੂੰ ਤਾਂ ਡੁੱਬਣੋਂ ਹਟਾ ਲੈਂਦਾ ਵਿਚਾਰੇ ਨੂੰ, ਇਹ ਵੀ ਡੁੱਬ ਗਿਆ। ਇਹ ਚਾਰੇ ਪੈਰ ਚਾਕੀ ਨਾਲ ਪੈ ਜਾਂਦੀ ਮੇਰੇ ਕਿੰਨੀ, ਵੀ ਤੂੰ ਤਾਂ ਸਾਡੀ ਤਰੱਕੀ ਜਰਦਾ ਨਹੀਂ, ਤਾਂ ਨਹੀਂ ਬੋਲਿਆ ਮੈਂ ਤਾਂ। ਅੱਟ ਬੁਲਾ ਕੇ ਕਹਿ ਦਿੰਦਾ, ਖੁੰਜੇ ਲੱਗ ਹੀ ਜਾ ਰੋਈ, ਪਤਾ ਨਹੀਂ ਕਿੰਨਾ ਕੁ ਕਰਜ਼ਾ ਚੱਕਿਆ ਹੋਣਾ ਵਿਚਾਰਿਆਂ ਨੇ। ਮਾੜੀ ਹੋਈ ਭਾਈ, ਹੁਣ ਕੀ ਕਰਾਂਗੇ ਪੁੱਤ ਆਪਾਂ? ਕਰਨ ਦਾ ਕੀ ਹੈ, ਹੁਣ ਡੈਡੀ ਨੂੰ ਬੁਲਾ, ਹੁਣ ਕਿਸੇ ਪਾਸੇ ਤਾਂ ਗੱਲ ਕਰਨੀ ਪਊਗੀ, ਉਹਦੇ ਕੰਨਾਂ ਦੇ ਘਰੇ ਕਰਦੇ ਆ ਗੱਲ। ਕੋਈ ਨਹੀਂ ਆ ਜੂਗਾ, ਅੱਜ ਤਾਂ ਚੱਲ ਤਾਂ ਭੇਜੀ ਸੀ ਵੀ ਚੱਲ ਮੁੰਡਾ ਵਿਚਾਰਾ ਬਾਹਰ ਚੱਲ ਜੂਗਾ, ਸਾਨੂੰ ਕੀ ਪਤਾ ਸੀ ਸਾਡੀ ਮਿੱਟੀ ਬਲੈਤ ਕਰ ਦੂਗੀ। ਆ ਤਾਂ ਜਮੇ ਲੋੜਾ ਆ ਗਿਆ ਬਈ, ਆ ਤਾਂ ਜਮੇ ਲੋੜਾ ਆ ਗਿਆ। ਜੂ ਵੀ ਐ ਕਰੀ ਤੂੰ, ਉਹਦਾ ਨੰਬਰ ਮੈਨੂੰ ਦੇ ਲਿਖ ਕੇ। ਖਰਚਾ ਯਾਰ ਮੈਂ ਡੈਡੀ ਨੂੰ ਲਾਉਣਾ ਫੋਨ, ਮੈਂ ਕਰੂੰਗਾ। ਇਹਨੂੰ ਦੇ ਦੇ ਨੰਬਰ। ਹਾਏ ਇਹ ਕਾਹ ਤੋਂ ਇੰਨਾ ਰੌਲਾ ਜਿਹਾ ਪਾਈ ਜਾਂਦੇ ਆ, ਰੌਲਾ ਪਾਉਣਾ ਹੀ ਹੈ। ਅਗੁਰੀ ਦੇ ਘਰ ਵਾਲੀ ਵਿਚਾਰੀ ਨਰਮ ਹੈ, ਹੈਂ, ਅਤੇ ਬੁੜਾ ਜਾਏ ਖਾਣ ਦਾ ਸੱਤ ਕੰਧਾਂ ਟੱਪਣ ਵਾਲਾ ਗਾ, ਫਿਰ ਕਹੂਗਾ ਬੋਲਦੀ ਹੈ, ਆਈ ਸਾਡੇ ਨਾਲ ਲੜਦਾ ਹੁੰਦਾ ਸੀ, ਆਈ ਹੁਣ ਇਹਨਾਂ ਨਾਲ ਲੜੀ ਜਾਂਦਾ। ਮੈਨੂੰ ਲੱਗਦਾ ਕੋਈ ਨਾ ਕੋਈ ਛਿੱਜੜੀ ਛੇੜੀ ਹੋਈ ਹੈ, ਅਤੇ ਤਾਂ ਇੰਨੀ ਉੱਚੀ ਉੱਚੀ ਆਵਾਜ਼ਾਂ ਆਈ ਜਾਂਦੀਆਂ ਨੇ, ਹੈਂ। ਵੀ ਭਲਾ ਇਹਨੂੰ ਤਾਂ ਜਵਾਕ ਨੂੰ ਜਿਉਂ ਲੈਣ ਦੇ, ਵੀ ਤੈਨੂੰ ਤਾਂ ਧੌਲਾ ਝਾਟਾ ਸ਼ਰਮ ਨਹੀਂ ਆਉਂਦੀ ਗੀ ਲੋਕਾਂ 'ਚ ਜਲੂਸ ਕੱਢਿਆ ਜਵਾਕਾਂ ਦਾ। ਚੱਲ ਦੇਖਾਂ ਜਾ ਕੇ ਪਤਾ ਤਾਂ ਕਰਾਂ। ਚੱਕ ਲਾ ਯਾਰ, ਵੀ ਉਹਨੂੰ ਕਾਹਨੂੰ ਤੰਗ ਕਰੀ ਜਾਂਦਾ, ਆ ਜੂਗਾ ਐਵੇਂ ਟੈਨਸ਼ਨ ਲਊਗਾ ਉਹ ਵੀ। ਉਹ ਫੋਨ ਨਹੀਂ ਚੱਕ ਰਿਹਾ, ਦੱਸਣਾ ਤਾਂ ਪਊਗੀ ਮਾਂ ਹੁਣ। ਫਿਰ ਘਰੇ ਆ ਜੂਗਾ, ਘਰੇ ਆ ਕੇ ਦੱਸਦੀ। ਘਰੇ ਆ ਕੇ ਦੱਸਦੀ, ਟੈਨਸ਼ਨ ਪਾ ਕੇ ਰੱਖ ਦੀ ਉਰੇ। ਕਾਹਦੀ ਟੈਨਸ਼ਨ ਪਏਗੀ, ਕੀ ਗੱਲ ਹੋ ਗਈ ਐ ਸਾਰਾ ਟੱਬਰ ਇਕੱਠਾ ਹੋਇਆ ਖੜਾ? ਨੀ ਭੈਣੇ ਹੋਣਾ ਕੀ ਆ, ਹਾਂ ਉਹ ਬਹੂ ਨੂੰ ਭੇਜਿਆ ਸੀ ਬਾਹਰ, ਹਾਂ ਹੁਣ ਜਵਾਬ ਦੇਗੀ, ਹੁਣ ਕਹਿੰਦੀ ਮੈਂ ਨਹੀਂ ਆਉਂਦੀ ਹੈਗੀ, ਨਾ ਇਹਨੂੰ ਬੁਲਾਉਂਦੀ, ਹੁਣ ਬਾਹਰ ਦੱਸ। ਹਾਏ ਹਾਏ ਲੈ ਦੱਸ, ਕੋਈ ਫੋਨ ਫਾਨ ਤੇ ਗੱਲ ਹੋਈ ਹੈ, ਕੋਈ ਸੁਨੇਹਾ ਸੁੱਪਾ ਆਇਆ? ਇਹਦੇ ਨਾਲ ਗੱਲ ਹੋਈ ਆ, ਕਰਿਆ ਸੀ ਫੋਨ, ਸਿੱਧੀ ਜਵਾਬ ਦੇ ਗਈ, ਉਹ ਤਾਂ ਝੁੱਗਾ ਝੜ ਗਈ। ਹਾਏ ਮੈਂ ਮਰ ਜਾ, ਲੈ ਤਾਂ ਬਹੁਤ ਬੁਰੀ ਖਬਰ ਆ ਭਾਈ, ਨਾ ਮੇਰੀ ਗੱਲ ਸੁਣ, ਬਾਹਰ ਤਾਂ ਚੱਲ ਭੇਜਤੀ, ਨਾ ਉਹਦੇ ਪੇਕਿਆਂ ਨੇ ਲਾਇਆ ਸੀ ਪੈਸਾ ਬਾਹਰ ਜਾਣ ਵਾਸਤੇ। ਕਿੱਥੇ ਲਾਇਆ ਸੀ ਭੈਣੇ, ਅਸੀਂ ਲਾਇਆ ਸੀ, ਅਸੀਂ ਤਾਂ ਕਰਜ਼ਾਈ ਹੋ ਗਏ, ਹੁਣ ਸਾਡੇ ਕੋਲ ਤਾਂ ਹੁਣ ਕੁਛ ਨਹੀਂ ਰਿਹਾ ਹੈਗਾ। ਰਹਿਣਾ ਕਿੱਥੇ ਸੀਗਾ, ਕਰਜ਼ਾਈ ਹੋ ਕੇ ਉਹਨੂੰ ਬਾਹਰ ਭੇਜਤਾ? ਮੈਨੂੰ ਤਾਂ ਭਾਈ ਇੱਕ ਸਮਝ ਨਹੀਂ ਆਉਂਦੀ ਤੁਹਾਡੇ ਵਰਗਿਆਂ ਦੀ, ਹੈ ਫਿਰ ਕਹਿ ਦੋ ਤੇ ਆਖੇ ਵੱਡੇ ਬੋਲਦੇ ਹੈਗੇ ਵੀ ਪੰਜਾਬ 'ਚ ਕੰਮ ਘੱਟ ਸੀਗਾ, ਇੱਥੇ ਰੱਖ ਲਏ ਜੇ, ਇੱਥੇ ਕੋਈ ਜਾਏ ਖਾਣੇ ਦੇ ਨੂੰ ਕੰਮ ਤੋੜ ਦਿੰਦੇ? ਨਹੀਂ ਭੈਣੇ ਇੱਥੇ ਰੱਖ ਕੇ ਉਹਨੂੰ ਕੀ ਕਰਦੇ, ਆ ਉਂਗਲਾਂ ਲਾਉਣ ਵਾਲੇ ਬਥੇਰੇ ਸੀ, ਕਿੰਨੀ ਵਾਰ ਤਾਂ ਰੁੱਸ ਕੇ ਵੱਗ ਗਈ ਸੀ, ਕੀ ਫਾਇਦਾ ਘਰ ਪੱਟਿਆ ਜਾਂਦਾ, ਮੈਨੂੰ ਕੀ ਪਤਾ ਸੀ ਇੱਥੋਂ ਬਚਾਉਂਦੀ ਬਿਛਾਉਂਦੀ ਉੱਥੇ ਜਾ ਕੇ ਆ ਕੁਛ ਹੋ ਜੂ। ਇੱਕ ਤਾਂ ਉਹੀ ਗੱਲ ਹੈ, ਅਖੇ ਬੰਦਾ ਜਿਉਣਾ ਤਾਂ ਚਾਹੁੰਦਾ, ਉਹਨੂੰ ਉਂਗਲਾਂ ਲਾਉਣ ਵਾਲੇ ਵੇੜਾ ਬੈਠੀ ਵਾਲੇ ਉਹ ਨਹੀਂ ਜਿਉਣ ਦਿੰਦੇ। ਹੁਣ ਮੇਰੀ ਗੱਲ ਸੁਣ ਭਾਈ, ਚੱਲ ਕੋਈ ਗੱਲ ਨਹੀਂ, ਜਿਹੜਾ ਕੁਛ ਹੋਣਾ ਸੀ ਉਹ ਤਾਂ ਗਿਆ ਹੋ ਨਾ, ਮੈਨੂੰ ਪਹਿਲਾਂ ਮੁੰਡਿਆ ਤੂੰ ਦੱਸ, ਵੈਸੇ ਤਾਂ ਸਿਆਣਿਆਂ ਨੂੰ ਬੰਦੇ ਕਹਿ ਦਿੰਦੇ ਇਹ ਪਾਗਲ ਹੈ, ਪਰ ਤੁਸੀਂ ਤਾਂ ਬਹੁਤ ਸਿਆਣੇ ਹੋ, ਤੂੰ ਉਹਨੂੰ ਇਕੱਲੀ ਨੂੰ ਕਾਹ ਤੋਂ ਤੋਰਿਆ, ਤੂੰ ਨਾਲ ਉੱਜੜ ਜਾਂਦਾ, ਤੈਨੂੰ ਪਤਾ ਲੱਗ ਜਾਂਦਾ ਵੀ ਹੁਣ ਕਿੱਥੇ ਬੈਠੀ ਹੈ। ਉਹ ਮੈਂ ਤਾਂ ਕਿਹਾ ਤੀ, ਪਰ ਮੈਂ ਵੀ ਕੀ ਕਰਦਾ, ਸਰਕਾਰੀ ਨੌਕਰੀ 'ਤੇ ਮੈਂ ਉਰੇ, ਇੱਕੋ ਲੱਖ ਤਾਂ ਉਹ ਨਹੀਂ ਛੱਡ ਸਕਦਾ ਨਾ। ਆ ਦੇਖ ਲਓ ਜੀ, ਆਖੇ ਮੈਂ ਸਰਕਾਰੀ ਨੌਕਰੀ 'ਤੇ ਹੈਂ, ਵੀ ਸਰਕਾਰੀ ਨੌਕਰੀ ਵਾਲਾ ਤਾਂ ਦਿਮਾਗ ਕੰਮ ਵੱਧ ਕਰਦਾ ਹੁੰਦਾ, ਪਾਈ ਪਾਈ ਜੋੜ ਕੇ ਤੈਨੂੰ ਪਤਾ ਹੀ, ਅਗਲੇ ਕਹਿ ਦਿੰਦੇ ਆ ਕਮਾਉਣੇ ਸੌਖੇ ਨਹੀਂ ਪਏ, ਆ ਜਦੋਂ ਤੈਨੂੰ ਤਨਖਾਹ ਡਿੱਗਦੀ ਸੀ ਮਹੀਨੇ ਦੀ ਮਹੀਨੇ, ਫਿਰ ਉਹਦੀ ਕਮਾਈ ਨਾਲ ਘਰ ਚੱਲਣਾ ਸੀ ਜਿਹੜੀ ਉਹ ਚੜਾਤੀ। ਬਸ ਬਹੁਤ ਦੇ ਲਾਲਚ 'ਚ ਥੋੜ੍ਹੇ ਤੋਂ ਵੀ ਗਏ। ਉਹ ਭਾਈ ਨਾ ਤਾਂ ਆਪਦੇ ਕਿਸੇ ਦੋਸਤ ਦੀ ਸਲਾਹ ਲਈ, ਨਾ ਕਿਸੇ ਸਿਆਣੇ ਬੰਦੇ ਦੀ ਸਲਾਹ ਲਈ। ਸਹੀ ਕਿਹਾ ਸਹੀ ਕਿਹਾ, ਆ ਸਿਆਣਿਆਂ ਦੀ ਸਲਾਹ ਲੈ ਲੈਂਦੇ, ਇਹਨਾਂ ਨੇ ਤਾਂ ਅੱਜ ਤੱਕ ਘਰ ਦੇ ਇੰਨੇ ਮਸਲੇ ਜਾਏ ਖਾਣ ਦੇ ਕਹਿੰਦੇ ਹੁੰਦੇ ਆਗੇ ਨਪਟਾਰੇ ਨੇਗੇ, ਹੈ ਇਹਨਾਂ ਦੇ ਹੱਥੋਂ ਤਾਂ ਹਰ ਇੱਕ ਗੱਲ ਨੰਗੀ ਹੋਈ ਆ, ਇਹਨਾਂ ਨੂੰ ਪੁੱਛ ਲੈਂਦੇ ਇਹ ਸਿਆਣੇ ਦੀ ਘਰ ਦੇ।
ਉਹ ਗਲਤੀ ਹੋ ਗਈ ਵੀ ਇਹਨਾਂ ਨੂੰ ਪੁੱਛਿਆ ਨਹੀਂ, ਇਹਨਾਂ ਨੂੰ ਪੁੱਛ ਲੈਂਦੇ ਅੱਜ ਨੂੰ ਆਹ ਦਿਨ ਨਾ ਦੇਖਣੇ ਪੈਂਦੇ। ਮੈਂ ਤਾਂ ਭਾਈ ਕਹਿਣਾ ਬਥੇਰਾ ਚਾਹਿਆ, ਮਖਾ ਚੱਲ ਮੇਰੀ ਗੱਲ ਦਾ ਬੁਰਾ ਨਾ ਮੰਨਣ ਵੀ ਕੁੜੀ ਦੀ ਤਰੱਕੀ ਦੇਖ ਕੇ ਨਹੀਂ ਜਰਦਾ, ਐ ਨਾ ਕਹਿ ਦੇਣ ਮੈਨੂੰ। ਤਰੱਕੀ ਤਰੁੱਕੀ ਵਾਲੀ ਤਾਂ ਕੋਈ ਗੱਲ ਨਹੀਂ, ਜੇ ਖੰਡ ਦੇ ਉਹ ਗੱਲ ਹੋ ਗਈ, ਅੱਗੇ ਸੋਹਾ ਤਰਸਾ ਸਿਰੇ ਤੇ ਗੰਢ, ਹੁਣ ਤਾਂ ਸਾਰਿਆਂ ਨੇ ਗੰਢ ਪਾ ਲਈ ਵੀ ਬਸ ਰੱਸੇ ਨੂੰ ਇੱਕ ਇੱਕ ਫੜ ਕੇ ਇੱਕ ਇੱਕ ਫੜ ਕੇ, ਕੋਈ ਉੱਥੇ ਕੋਈ ਉੱਥੇ ਕੋਈ ਉੱਥੇ, ਵੀ ਕੋਈ ਜਹਾਜ਼ ਖਾਲੀ ਨਾ ਜਾਵੇ, ਉੱਥੇ ਜਾ ਕੇ ਅਗਲੀ ਨੇ ਫੋਨ ਨਹੀਂ ਚੱਕਿਆ, ਹੁਣ ਤਾਰ ਲਓ ਪੈਸੇ, ਤਾਰ ਲਓ ਪੈਸੇ, ਹੁਣ ਤੇਰੀ ਤਨਖਾਹ ਆਉਂਦੀ, ਤਾਰ ਲਓ ਪੁੱਤ ਪੈਸੇ। ਤਾਈ ਬਸ ਕਰ ਬਸ ਕਰ, ਪਹਿਲੀ ਬਥੇਰੀ ਟੈਨਸ਼ਨ ਪਈ ਆ, ਪੁੱਤਾਂ ਤੂੰ ਬੋਲੀ ਚੱਲ। ਵੇ ਪੁੱਤ ਬੋਲਿਆ ਜਾਂਦਾ ਬੋਲਿਆ ਜਾਂਦਾ, ਆਹੀ ਤਾਂ ਤੱਤਾ ਖੂਨ ਆ ਤੁਹਾਡੇ ਜਵਾਕਾਂ ਦਾ, ਮੁੜ ਕੇ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੁੰਦੀ, ਤੂੰ ਐਂ ਕਰ ਭੈਣੇ ਮੁੰਡੇ ਨੂੰ ਅੰਦਰ ਲੈ ਕੇ ਚੱਲ, ਪਾਣੀ ਢਾਣੀ ਪਿਆ, ਇਹ ਮਸਲਾ ਹੌਲੀ ਹੌਲੀ ਸੈੱਟ ਹੋਊਗਾ, ਚੱਲ ਹਾਂ ਚਲੇ ਜਾ। ਦੱਸ ਆ ਗੱਲ ਸੁਣੋ, ਮਾੜਾ ਮੋਟਾ ਤੁਸੀਂ ਸਮਝਾ ਦਿੰਦੇ ਬਹੂ ਨੂੰ ਵੀ ਭਾਈ ਮੁੰਡੇ ਨੂੰ ਛੱਡ ਕੇ ਚੱਲੀ ਐ, ਮੁੜ ਕੇ ਤਾਂ ਇਹਨੂੰ ਪਤਾ ਅੱਜ ਕੱਲ ਨਿਆਣੇ ਪੈਰ ਤੜਕਣ ਲੱਗੇ ਮਿੰਟ ਲਾਉਂਦਾ ਜੀ। ਭਾਈ ਮੇਰਾ ਤਾਂ ਕਾਲ ਜਾ ਧੱਕ ਧੱਕ ਕਰੀ ਜਾਂਦਾ ਉਦੋਂ ਦਾ ਜਦ ਤੱਕ ਸੁਣੀਆਂ ਗੱਲ, ਮੇਰੇ ਕੋਲ ਕਿਹੜਾ ਬੈਠਣ ਦਿੰਦੇ ਤੇ ਇਹ, ਜੇ ਬੰਦਾ ਬੈਠ ਵੀ ਜਾਂਦੀ ਠਾਲ ਕੇ ਲੈ ਜਾਂਦੇ ਤੇ। ਠਾਲਣ ਵਾਲੇ ਵੀ ਕੀ ਕਰੇ, ਆਪਾਂ ਇਹ ਵੀ ਫਿਰ ਉਹੀ ਗੱਲ ਆ, ਮੇਰੇ ਮੂੰਹ ਚੋਂ ਨਿਕਲ ਜਾਂਦੀ ਆ ਮੇਰੀ ਕਹੀ ਗੱਲ। ਚੱਲ ਤੂੰ ਕਰਦੇ ਭਾਈ ਤੂੰ ਕਰਦੇ, ਤੇਰੇ ਸਿਰ ਬਹਿ ਕੇ ਕੀ ਬੰਦਾ ਕਰੂਗਾ, ਤੂੰ ਤਾਂ ਆਪ ਚਾਰੇ ਚੱਕ ਕੇ ਪੈਣਾ, ਆ ਹੁਣ ਤੱਕ ਚਾਰੇ ਚੱਕ ਕੇ ਪੈਂਦਾ ਕਰਕੇ ਤਾਂ ਘਰ ਦੇਖ ਲੈ ਕਿੱਥੋਂ ਕਿੱਥੇ ਆਇਆ ਪਿਆ ਹੈ। ਚੱਲ ਭਾਈ ਤੂੰ ਉਹਨੂੰ ਪਾਣੀ ਧਾਣੀ ਪਿਆ ਮੁੰਡੇ ਨੂੰ ਜਾ ਕੇ, ਕਿਤੇ ਉਈ ਨਾ ਮਾੜਾ ਮੋਟਾ ਤਲਾਸਾ ਦੇ ਦੇ ਭਈਏ ਜਾ ਕੇ, ਕਿਤੇ ਉਈ ਲੱਗਦਾ ਮੁੰਡਾ ਨਾ ਟੁੱਕ ਜੇ ਕਿਤੇ, ਜੇ ਅਸੀਂ ਗਏ ਫੇਰ ਬੁਰੀ ਮੰਨਣਗੇ ਗੱਲ। ਹੋਰ ਐਂ ਔਖਾਗਾ, ਬੁਰੀ ਤਾਂ ਨਿਆਣੇ ਮੰਨਦੇ ਹੀ ਆ ਜੀ ਗੱਲ, ਬੁਰੀ ਤਾਂ ਨਿਆਣੇ ਮੰਨਦੇ ਹੀ ਆ, ਪਰ ਨਿਆਣਿਆਂ ਨੂੰ ਸਮਝਾਉਣ ਦਾ ਵੀ ਕੋਈ ਤਰੀਕਾ ਹੁੰਦਾ। ਇਹ ਉਮਰ ਇੱਕ ਟਾਈਮ ਤੁਹਾਡੇ ਤੇ ਵੀ ਸੀਗੀ, ਪਰ ਪਤਾ ਨਹੀਂ ਤੁਸੀਂ ਕਾਹਤੇ ਭੁੱਲ ਗਏ, ਹੁਣ ਜਦੋਂ ਕੋਈ ਮਾੜੀ ਜਿਹੀ ਗੱਲ ਕਰ ਲੈ ਐਂ ਚਾਰੇ ਚੱਕ ਕੇ ਪੈਂਦੇ ਹੋ। ਚੱਲ ਤੂੰ ਸਮਝਾ ਦੇ ਪੁੱਤ ਜਾ ਕੇ ਸਮਝਾ ਦੇ। ਲੈ ਦੇਖ ਲੈ ਇਹ ਉਤੋਂ ਲੈਚਰ ਦੇਣ ਲੱਗ ਗਈ ਹੈਂ, ਜਿਵੇਂ ਉਹ ਹੁੰਦੇ ਨਹੀਂ ਹੈਗੇ ਸਮੁੰਦਰੀ ਲਟੇਰੇ, ਜਿਵੇਂ ਉਹਨਾਂ ਨਾਲ ਰਹਿ ਕੇ ਆਈ ਹੁੰਦੀ ਆ ਚਿੰਦਰੀ ਸਮੁੰਦਰੀ ਲਟੇਰਨਾ, ਹੈ ਵੀ ਕਿਸੇ ਦਾ ਜਵਾਕ ਕਿਸੇ ਦਾ ਕੁਛ, ਇਹ ਵਿਚਾਲੇ ਬਾੜ 'ਚ ਬੋਈਆ ਉਈ ਤੜਾਈ ਜਾਂਦੀ ਹੈਗੀ ਕਿੱਥੋਂ, ਵੇ ਸਾਰਿਆਂ ਨੂੰ ਸਾਂਭੀ ਜਾਂਦਾ, ਇਹਨੂੰ ਵੀ ਸਾਂਭਦੇ ਕਿਸੇ ਦਿਨ। ਇਹਦਾ ਵੀ ਇੰਤਜ਼ਾਮ ਕਰੀ ਬੈਠਾ ਮੈਂ, ਦੇਖਦੀ ਤਾਂ ਜਾ ਤੂੰ ਕੀ ਕਰਦਾ ਮੈਂ, ਮੇਰੇ ਸਾਲੇ ਗੱਡੀਆਂ ਦਿਖਾ ਦਿਖਾ ਲੰਘਦੇ ਤੇ ਲਗਾਉਂਦੇ, ਹੁਣ ਦੇਖੂ ਜਾਂ ਸਾਈਕਲ ਬਣਾ ਰਿਹਾ ਪੱਲੇ। ਵੀ ਉਹ ਤਾਂ ਠੀਕ ਆ ਗੱਡੀਆਂ ਵਾਲੀ ਤਾਂ, ਗੱਡੀਆਂ ਵਿਕਣ ਸਾਈਕਲ ਵਿਕਣ ਕੁਛ ਮਰਜ਼ੀ ਵਿਕੇ, ਵੇ ਕਿਤੇ ਜ਼ਮੀਨ ਨਾ ਵਿਕ ਜੇ, ਜ਼ਮੀਨ ਦੀ ਗੌਰ ਕਰ ਲਾ। ਜ਼ਮੀਨ ਕਿਵੇਂ ਵਿਕ ਜੂ, ਕਿਉਂ ਜ਼ਮੀਨ ਤੇ ਕੇਸ ਨਹੀਂ ਲਾਇਆ ਹੋਇਆ ਆਪਣਾ? ਸੱਚ ਤਾਂ ਮੈਂ ਭੁੱਲੇ ਗਈ ਤੀ, ਰੋਕ ਲੱਗੀ ਹੋਈ ਆ ਜ਼ਮੀਨ ਤੇ, ਰੌਲਾ ਤਾਂ ਸਾਰਾ ਜ਼ਮੀਨ ਦਾ ਹੀ ਹੈ। ਹੁਣ ਆਊਗਾ ਸਵਾਦ, ਵਧੀਆ ਨਜ਼ਾਰਾ ਜਾ ਜੂਗਾ, ਕੰਜਰ ਐਂ ਲੱਗਦੇ ਤੀ ਸੁੱਕਰ ਸੁੱਕਰ ਕੇ ਪੱਗਾਂ ਬੰਨ ਬੰਨ ਕੇ ਕਿਧਰੇ ਮਰਿਆ ਐਂ ਝਾਕਦੀ ਤੀ, ਉਹ ਮੇਰੇ ਕਨੀ ਜੁੱਤੀਆਂ ਝਾੜ ਝਾੜ ਲੱਗਿਆ ਕਰਦੀ ਤੀ, ਹੁਣ ਝਾੜਨੀ ਮੇਰੀ ਸੁੱਕਣੇ ਕੀ ਰਹਿ ਗਿਆ ਤਿਰ ਲਵੇ, ਕੁਛ ਨਹੀਂ ਰਹਿ ਨੰਗਾ ਨਹੀਂ ਲਵੇ, ਕਿਤੇ ਸੁਣਦੀ ਵੀ ਨਾ ਹੋਵੇ। ਸੁਣ ਲੈ ਫਿਰ, ਸੁਣ ਕੇ ਕੀ ਕਰੂਗੀ, ਸੁਣ ਲੈ ਬੇ ਐਂ ਕਹਿ ਦੇਣਗੇ ਵੀ ਵੱਡੇ ਹੋਏ ਤੇ ਨੂਣ ਪਾਉਂਦੀ ਆ, ਤੈਨੂੰ ਪਤਾ ਤਾਂ ਹੈਗਾ ਮੇਰਾ ਤਾਂ ਜੀ ਬਥੇਰਾ ਕਰਦਾ ਜਦੋਂ ਉਰੇ ਬੋਲਦੇ ਸੀਗੇ ਵੀ ਹੁਣੀ ਕਹਿਦੇ ਇਹਨਾਂ ਨੂੰ ਸਾਰੀਆਂ ਗੱਲਾਂ, ਪਰ ਕੀ ਕਰਾਂ ਫਿਰ ਚੁੱਪ ਕਰ ਗਈ ਤੀ। ਐਂ ਤਾਂ ਫਿਰ ਜੇ ਰੋਣਾ ਆਉਂਦਾ ਨਹੀਂ ਰੋਣ ਵਰਗਾ ਮੂੰਹ ਤਾਂ ਕਰਨਾ ਪੈਂਦਾ। ਬੇ ਹੋਰ ਤਾਂ ਹੋਰ ਆ, ਕੌਂ ਵੀ ਬੋਲਦਾ ਕਿਤੇ ਕੋਈ ਰਿਸ਼ਤੇਦਾਰ ਨਾ ਆਉਂਦਾ ਹੋਵੇ, ਪਤਾ ਨਹੀਂ ਇਹਨਾਂ ਦੇ ਆਊਗਾ ਪਤਾ ਨਹੀਂ ਆਪਣੇ ਆਊਗਾ। ਮਾੜੇ ਵਕਤਾਂ ਦੀ ਨਿਸ਼ਾਨੀ ਹੈ, ਚੰਗਾ ਮਾੜੇ ਵਕਤਾਂ ਦੀ ਹੋਰ ਆ ਨਹੀਂ ਜੀ, ਮਾੜਾ ਵਕਤ ਇਹਨਾਂ ਤੇ। ਹਾਂ ਮਾੜਾ ਤਾਂ ਹੈਗਾ ਹੈਗਾ, ਨਾਲੇ ਕਹਿੰਦੇ ਚੰਗੇ ਨੂੰ ਬੋਲਦਾ ਹੁੰਦਾ ਇਹ, ਪਤਾ ਨਹੀਂ ਵੀ ਉਹ ਤੂੰ ਤਾਂ ਉਹੀ ਬੋਲੀ ਨਾ, ਚੰਗਾ ਆ ਜਾ ਚਾਹ ਦੀ ਘੁੱਟ ਕਰਕੇ ਪੀਨੀ ਆ। ਹੋ ਗਿਆ ਚੱਲ ਵਗ ਜਾਣ ਤੇ ਕਿਤੇ ਮਰਜ਼ੀ ਜਾਵੇ, ਆ ਜਾ ਲੰਘਿਆ ਲੰਘ ਵੀ ਆਉਣਾ, ਅਜੇ ਤਾਂ ਸਵਾਦ ਲੈਣਾ ਗੱਲ ਦਾ ਅਜੇ ਤਾਂ।